ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮ ਦਾੰਤ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਅੱਜ ਦੇਣਾ ਜੀ ਬਹੁਤ ਵਾਰ ਤੇ ਤਰੀਕ ਹੈ 23 ਅਕਤੂਬਰ ਤੁਸੀਂ ਇਸ ਵਕ ਸਾਡੇ ਨਾਲ ਬਠਿੰਡਾ ਤੋਂ ਜੁੜੇ ਹੋਏ ਹੋ ਅੱਜ ਦਾ ਇਸ ਪ੍ਰੋਗਰਾਮ ਦੇ ਸਪான்ਸਰ ਨੇ ਜੀ ਕੋਆਪ ਟਰੱਕ ਐਂਡ ਹੈਵੀ ਇਕੁਪਮੈਂਟ ਜਿਹੜੇ ਸਪੈਸ਼ਲਾਈਜ਼ ਨੇ ਜੀ ਟਰੱਕਾਂ ਦੇ ਫਰੇਮ ਡਰਾਈਵ ਐਕਸਲ ਸਟੀering ਐਕਸਲ ਡੰਪ ਟਰੇਲਰ ਬਾਕਸ ਨੂੰ ਨਵੀਂ ਟੈਕਨੀਕ ਦੇ ਨਾਲ ਤੱਕਲੇ ਵਾਂਗੂ ਸਿੱਧਾ ਕਰਨ ਦੇ ਰਕਾਂ ਦੇ ਸਟਰਕਚਰ ਸੇਫਟੀ ਵੀ ਕਰਦੇ ਨੇ ਲੋਕੇਸ਼ਨ ਹੈ ਜੀ 7405 ਕਿੰਬਲ ਸਟਰੀਟ ਮਿਸੀ ਸਾਗਾ ਦੇ ਵਿੱਚ ਤੇ ਦੂਜੀ ਲੋਕੇਸ਼ਨ ਹੈ ਜੀ 36 ਪਾਇਰਨ ਡਰਾਈਵ ਐਰਨ ਐਂਟੀਰੀਓ ਚ 9056713647 ਤੇ ਦੂਜੀ ਇਹ ਜੀ ਕੁਲਦੀਪ ਸਿੰਘ ਗਰੇਵਾਲ ਹੋਰਾਂ ਦਾ 4162544599 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਹਰ ਤਰ੍ਹਾਂ ਦੇ ਅਕਾਊਂਟਸ ਟੈਕਸੇਸ ਦੀ ਮਦਦ ਲੈਣੀ ਹੈ ਜੇਕਰ ਤੁਹਾਨੂੰ ਟੈਕਸ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਗਈ ਹੈ ਅਕਾਊਂਟ ਦਾ ਵਿੱਚ ਕੋਈ ਕਿ ਜੁਰਾ ਰੱਬ ਗਿਆ ਤਾਂ ਕੁਰੇਟ ਅਕਾਊਂਟਸ ਐਂਡ ਟੈਕਸੇਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 25352086 ਕੈਂਟ ਵਿਸ਼ਿੰਗਟਨ ਦੇ ਸਮੇਂ ਦੇ ਮੁਤਾਬਕ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾ ਵੀ ਦਿੰਦੀ ਹੈ ਜਗਦੇਵ ਸੰਧੂ ਹੋਰਾਂ ਨੂੰ 253266692 ਹੋਰ ਜਾਂ ਗੁਰਵਿੰਦਰ ਢਾਲੀਵਾਲ ਦੇ ਨਾਲ 2063544060 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹਰੀ ਨੇ ਢਿੱਲੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕ ਤਲੋ ਸਭ ਜਿਮਨੀ ਚੋਣਾ ਦੀ ਵੀ ਗੱਲ ਕਰਨੀ ਹੈ ਜਿਮਨੀ ਚੋਣਾ ਦਾ ਵੀ ਕਾਫੀ ਜਿਹੜਾ ਹੁਣ ਪੂਰਾ ਤਾਉ ਚੜ ਗਿਆ ਤੇ ਰਿੱਪੂ ਦਮਨ ਮਲਕ ਦੇ ਕਤਲ ਦੇ ਤੇ ਅਪਡੇਟ ਆਈ ਹੈ ਤੇ ਸੁਖਵੀਰ ਬਾਦਲ ਨੂੰ ਲੈ ਕੇ ਵੀ ਜਿਹੜੀ ਹੈ ਉਹਦੀ ਪਾਰਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਤਖਤ ਸਾਹਿਬ ਤੇ ਅਪੀਲ ਕੀਤੀ ਹੈ ਪਰ ਗੱਲ ਕਰਦੇ ਆ ਸੁਪਰੀਮੋ ਕੇਜਰੀਵਾਲ ਦੀ ਕਹਿੰਦੇ ਜੀ ਤੀਜੀ ਵਾਰੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਤੀਜੀ ਵਾਰੀ ਪੰਜਾਬ ਦੇ ਵਿਧਾਇਕ ਦਿੱਲੀ ਸਾਹਮਣੇ ਕੀਤੇ ਖਰ ਹੁਣ ਤਾਂ ਫਾਈਨਲੀ ਆ ਗਿਆ ਨਾ ਵਾਰ ਅੱਛਾ ਹੁਣ ਫਾਈਨਲੀ ਵਾਰ ਆ ਗਿਆ ਕਿਉਂਕਿ ਅੰਦਰ ਜਾਣ ਦੇ ਚਾਂਸਸ ਘਟ ਹੈ ਅੰਦਰ ਤਾਂ ਹੀ ਜਾ ਸਕਦੇ ਆ ਕੇਜਰੀਵਾਲ ਜਾਂ ਕੋਈ ਵੀ ਵਿਅਕਤੀ ਜੀ ਨੂੰ ਜੇ ਮਿਲ ਜੇ ਆਪਣੀ ਪੈਰੋਲ ਮਿਲ ਜੇ ਜਮਾਨਤ ਮਿਲ ਜੇ ਅਗਰ ਉਹ ਤੋਂ ਬਾਅਦ ਕੈਦ ਹੋ ਜਾਏ ਕੈਦ ਹੋ ਜਾਏ ਹਾਂਜੀ ਕਨਵਿਕਟ ਹੋ ਜੇ ਤਾਂ ਬੰਦਾ ਫੇਰ ਹੀ ਜਾਂਦਾ ਨਹੀਂ ਤਾਂ ਬਾਹਰ ਹੀ ਰਹਿਣਾ ਹੁੰਦਾ ਹਮ ਹਮ ਅੱਜ ਕੱਲ੍ਹ ਬਾਹਰ ਫਿਕਰ ਕਾਫੀ ਹੈ ਜੀ ਫਿਕਰ ਦੋ ਪੱਖਾਂ ਤੋਂ ਹੈ ਜੀ ਇੱਕ ਪਾਸੇ ਦਿੱਲੀ ਦੀ ਚੋਣ ਆ ਗਈ ਜੀ ਉਹ ਸ਼ਾਇਦ ਫਰਵਰੀ ਪੈਂਡਿੰਗ ਹੈ ਹਾਂ ਬਿਲਕੁਲ ਤੇ ਦਿੱਲੀ ਦੀ ਚੋਣ ਜਿੱਤਣ ਲਈ ਵੀ ਪੰਜਾਬ ਦੀ ਜਿਹੜੀ ਸਰਕਾਰ ਹੈ ਹੂੰ ਇਹਦੀ ਕਾਰਗੁਜ਼ਾਰੀ ਦਾ ਚੰਗਾ ਹੋਣਾ ਇਹ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜੀ ਹੈ ਇਹਦੇ ਲਈ ਆਪਾਂ ਨੂੰ ਬਹੁਤ ਵਾਰ ਮੇਰਾ ਖਿਆਲ ਹੈ ਵੀ ਸੋਚਣ ਦੇਖਣ ਦੀ ਲੋੜ ਹੀ ਨਹੀਂ ਹੁੰਦਾ ਚੋਣਾਂ ਹੀ ਦੱਸੀ ਜਾਂਦਾ ਹੈ ਕਿ ਪੰਜਾਬ ਸਰਕਾਰ ਸੁੱਤੀ ਪਈ ਰਹਗੀ ਹੂੰ ਅੰਬਾਰ ਲੱਗੇ ਪਏ ਐ ਸ਼ੈਲਰਾਂ ਦੇ ਵਿੱਚ ਅੰਬਾਰ ਲੱਗੇ ਪਏ ਆ ਤੁਹਾਡੇ ਮੰਡੀਆਂ ਚ ਸਾਰਾ ਕਾਰ ਰੁਕੀਆਂ ਪਈਆਂ ਸੜਕਾਂ ਸਭ ਕੁਝ ਰੁਕਿਆ ਪਿਆ ਤੇ ਇਹਨਾਂ ਨੂੰ ਹੁਣ ਜਿਹੜੀ ਹੈਗੀ ਸੁਰਤ ਆ ਗਈ ਵੀ ਆਪਾਂ ਖਲਬਾਉਣਾ ਹੈ ਕਦੇ ਇਧਰ ਮੀਟਿੰਗ ਕਦੇ ਇਧਰ ਮੀਟਿੰਗ ਤੇ ਕੱਲ ਤੁਸੀਂ ਦੇਖੋ ਕਿ ਫੂਡ ਸਪਲਾਈ ਮਿਨਿਸਟਰੀ ਜਾਂ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਕਰਨ ਦੀ ਬਜਾਏ ਜੀ ਸਾਡੇ ਸੂਬੇ ਦੇ ਮੁੱਖ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਦੀ ਹੈ ਅੱਛਾ ਜੀ ਅਮਿਤ ਸ਼ਾਹ ਦੇ ਕੋਲੇ ਤਾਂ ਜਿਹੜਾ ਮਹਿਕਮਾ ਲਾ 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 ਹੂੰ ਹੂੰ ਇੱਕ ਗੱਲ ਜਾਣ ਤਾਂ ਤੁਸੀਂ ਪਹਿਲਾਂ ਮੀਟਿੰਗ ਕਰਕੇ ਆਏ ਹੋ ਜਿਹੜੇ ਫੂਡ ਸਪਲਾਈ ਮਿਨਿਸਟਰ ਉਹਦੇ ਨਾਲ ਤੇ ਉਹ ਤੋਂ ਬਾਅਦ ਤਾਂ ਪ੍ਰਧਾਨ ਮੰਤਰੀ ਨਾਲ ਕਰਨੀ ਬੰਦੀ ਬਿਲਕੁਲ ਹਾਂ ਜੀ ਸ਼ਾਇਦ ਪ੍ਰਧਾਨ ਮੰਤਰੀ ਨਾਲ ਮੇਰਾ ਖਿਆਲ ਹੈ ਵੀ ਉਸ ਲੈਵਲ ਦੀ ਐਸੋਸੀਏਸ਼ਨ ਨਾ ਹੋਵੇ ਕਿਉਂਕਿ ਇਧਰ ਤਾਂ ਗੱਲਬਾਤ ਟੈਲੀਫੋਨ ਤੇ ਹੋ ਜਾਂਦੀ ਹੈ ਤੇ ਮੋਰਓਵਰ ਮੇਰੇ ਆ ਖਿਆਲ ਹੈ ਵੀ ਸ਼ਾਇਦ ਸਪਾਰਕ ਸਪੀਕਰ ਵਾਲੀ ਹੋਵੇ ਜੀ ਅਰਵਨੀਤ ਬਿੱਟੂ ਤੋਂ ਬਿਲਕੁਲ ਕਿਉਂਕਿ ਮਿੱਤਰ ਪਿਆਰਾ ਤੇ ਉਹ ਫੂਡ ਸਪਲਾਈ ਮਿਨਿਸਟਰ ਦੇ ਨਾਲ ਸੀ ਜੀ ਕਾਰਗੁਜ਼ਾਰੀ ਦਾ ਇੱਥੋਂ ਪਤਾ ਲੱਗਦਾ ਕਿ ਕਾਰਗੁਜ਼ਾਰੀ ਕੀ ਹੋ ਜੀ ਹੈ ਰਹੀ ਖੂਹੀ ਜਿਹੜੀ ਕਸਰ ਹੈ ਉਹ ਹੁਣ ਜਿਹੜਾ ਇਲੈਕਸ਼ਨ ਆ ਰਹੇ ਨੇ ਚਾਰ ਇਹਨਾਂ ਵਿੱਚ ਪਤਾ ਲੱਗਦਾ ਇਹਨਾਂ ਦੇ ਵਿੱਚ ਕੱਲੀ ਇੱਕੋ ਸੀਟ ਦੇ ਉੱਤੇ ਹੀ ਜੋ ਮਤਲਬ ਜਿਹੜੀ ਹੈਗੀ ਹੈ ਖੁੱਦੋ ਖਿਲਰ ਗਈ ਬਰਨਾਲਾ ਤੇ ਜੀ ਉਹ ਫਿਕਰ ਆਉਂਦਾ ਹੈ ਹਮਮ ਔਰ ਬਰਨਾਲਾ ਵਾਲੀ ਸਥਿਤੀ ਜਿਹੜੀ ਇਹ ਲੱਗਦੀ ਸੀ ਕਿ ਐਡੇ ਮਾਰਜਨ ਦੇ ਨਾਲ ਉੱਥੋਂ ਜਿੱਤੇ ਹੈ ਮੀਤ ਸਾਹਿਬ ਜੀ ਤੇ ਤਾਂ ਸੀਟ ਜਿੱਤੀ ਪਈ ਹੈ ਤੇ ਲੱਗਦਾ ਇਹ ਵੀ ਸਭ ਤੋਂ ਖਤਰੇ ਦੇ ਵਿੱਚ ਸੀਟ ਹੀ ਜ਼ਿਆਦਾ ਹੋਏ ਅੱਛਾ ਔਰ ਉਹੀ ਸੀਟ ਇੱਕ ਹੈ ਜਿਹਹੀ ਸੀਟ ਹੈ ਜਿਹਦੇ ਉੱਤੇ ਇਹਨਾਂ ਦਾ ਲੰਬੇ ਸਮੇਂ ਤੋਂ ਕਬਜ਼ਾ ਸੀ ਜੀ ਤਿੰਨ ਵਾਰੀ ਸਮਝੋ 17 ਦੇ ਵਿੱਚ ਵੀ ਆ ਗਏ ਤੇ ਬਾਈ ਦੇ ਵਿੱਚ ਵੀ ਆ ਗਏ ਜੀ ਉਹ ਤੋਂ ਬਾਅਦ ਪਾਰਲੀਮੈਂਟ ਵੀ ਜਿੱਤੀ ਤਾਂ ਉਹ ਵੀ ਤੀਜੀ ਵਾਰੀ ਹੋ ਗਈ ਉਹ ਤੋਂ ਪਹਿਲਾਂ ਮਾਨ ਸਾਹਿਬ ਵੀ ਪਾਰਲੀਮੈਂਟ ਜਿੱਤੇ ਹੋਏ ਦੋ ਵਾਰੀ ਰਹੇਗੇ ਔਰ ਇੱਕ ਹੁਜਾ ਜਿਲ੍ਹਾ ਬਰਨਾਲਾ ਜਿਲ੍ਹਾ ਦੀਆਂ ਤਿੰਨੇ ਦੀਆਂ ਤਿੰਨੇ ਸੀਟਾਂ ਜੀ ਆਮ ਆਦਮੀ ਪਾਰਟੀ ਨੇ ਜਿੱਤੀ ਸੀ ਤੇ ਕੀਦੇ ਸਿਰ ਤੇ ਜਿੱਤੀਆਂ ਸੀ ਉਹ ਜਿੱਤੀਆਂ ਸੀ ਕਾਡਰ ਦੇ ਸਿਰ ਤੇ ਤੇ ਕਾਡਰ ਦੇ ਵਿੱਚੋਂ ਜੇ ਪ੍ਰਧਾਨ ਹੀ ਬਾਗੀ ਹੋ ਜਾਏ ਮਗਰ ਕੀ ਰਿਹਾ ਤੇ ਪ੍ਰਧਾਨ ਤੋਂ ਬਾਅਦ ਤਾਂ ਫਿਰ ਕਲਾਈ ਨਹੀਂ ਮਗਰ ਕੀ ਰਿਹਾ ਹੂੰ ਪ੍ਰਧਾਨ ਨੂੰ ਜਿਹੜਾ ਸਮਰਥਨ ਮਿਲ ਰਿਹਾ ਜੀ ਅੱਛਾ ਐਡੇ ਵੱਡੇ ਪੱਧਰ ਤੇ ਸਮਰਥਨ ਮਿਲ ਰਿਹਾ ਕਿ ਉਹਨੇ ਪਹਿਲੇ ਦਿਨ ਮੀਟਿੰਗ ਕੀਤੀ ਆ ਆਪਦੇ ਪਿੰਡ ਕਟੂ ਚ ਜੀ 700 ਤੋਂ ਉੱਪਰ ਬੰਦਾ ਸੀ ਠੀਕ ਹੈ ਤੇ 700 ਬੰਦੇ ਨੇ ਇਹ ਗੱਲ ਕਹਿਤੀ ਕਿ ਇਸ ਪਿੰਡ ਦੇ ਵਿੱਚ ਹੋਰ ਤਾਂ ਕਿਸੇ ਪੋਲੀਟੀਕਲ ਪਾਰਟੀ ਦਾ ਪੋਲਿੰਗ ਲੱਗਣ ਦੇ ਸੀ ਗਾਰੰਟੀ ਦੇ ਨਾਲ ਲੱਗ ਹੀ ਨਹੀਂ ਸਕਦਾ ਔਰ ਉਹ ਜਿਹੜੀ ਜਿਵੇਂ ਆਪਾਂ ਸਰਬਜੀਤ ਖਾਲਸੇ ਦੀ ਗੱਲ ਤੁਰ ਹੀ ਸੀ ਨਾ ਜੀ ਜੀ ਉਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਗੱਲ ਤੁਰਨੀ ਸ਼ੁਰੂ ਹੋ ਗਈ ਹੈ ਤਾਂ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਦਾਨਗੜਿਆ ਸਾਹਿਬ ਕਹਿੰਦੇ ਬੜੀਆਂ ਜਿਹੜੇ ਰੁੱਸੇ ਬੈਠੇ ਸੀ ਬੰਦੇ ਪੁਰਾਣੇ ਬੰਦੇ ਕੰਟੈਕਟ ਬੈਠੇ ਸੀ ਉਹਨਾਂ ਨੂੰ ਉਹਨਾਂ ਨੂੰ ਫੋਨ ਘੜਕਾਏ ਜਾ ਰਹੇ ਆ ਵੀ ਆਜੋ ਭਾਈ ਉਹਦਾ ਦੱਸੋ ਕੀ ਲੈਣਾ ਠੀਕ ਹੈ ਇਥੋਂ ਤੱਕ ਕਿ ਜਿਹੜਾ ਦਲਬੀਰ ਗੋਲਡੀ ਇਹਨਾਂ ਨੇ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਲਿਆਂਦਾ ਸੀ ਉਹਨੇ ਵੀ ਬਾਲਾ ਕੁੜੀਕਿਆ ਨਹੀਂ ਕਰ ਲ ਉਹਨੇ ਵੀ ਐਲਾਨ ਕਰਤਾ ਕਿ ਮੇਰਾ ਕੋਈ ਲਾਗਾ ਦੇ ਮੇਰਾ ਕੋਈ ਲਾਗਾ ਦੇ ਮੈਂ ਵੀ ਪਾਸੇ ਹੋ ਗਏ ਤੇ ਮੈਨੂੰ ਜਾਣਕਾਰੀ ਜਿਹੜੀ ਮਿਲੀ ਹੈ ਕਿ ਉਹਨੂੰ ਜਿਹੜਾ ਦਿੱਲੀ ਤੋਂ ਵੀ ਕੰਟੈਕਟਰ ਹੋਣਾ ਸ਼ੁਰੂ ਹੋ ਗਿਆ ਸੀ ਜੀ ਇਥੋਂ ਵੀ ਟੈਲੀਫੋਨ ਚੱਲੀ ਘੜੋਂ ਵੀ ਆਏ ਤੇ ਦਿੱਲੀ ਤੋਂ ਵੀ ਆਏ ਤੇ ਦਿੱਲੀ ਉਹਨੂੰ ਕਿਹਾ ਕਿ ਤੈਨੂੰ ਪ੍ਰਧਾਨ ਬਣਾ ਦਨੀ ਹੈ ਪੰਜਾਬ ਦਾ ਹੈ ਨਹੀਂ ਜੀ ਪ੍ਰਧਾਨ ਬਰਨਾਲੇ ਜਿਹੜੇ ਬਰਨਾਲੇ ਜਲੇ ਦਾ ਤੂੰ ਪ੍ਰਧਾਨ ਕੀ ਲੈ ਲਾ ਉਹਦਾ ਮੈਂ ਪ੍ਰਧਾਨ ਕੀ ਕੀ ਕਰਨੀ ਹੁਣ ਹਾਂ ਹਾਂ ਮਤਲਬ ਹਾਲਾਤ ਇਹ ਇੱਥੋਂ ਪਤਾ ਲੱਗਦਾ ਕੀ ਹੈ ਪਰ ਹੁਣ ਕੇਜਰੀਵਾਲ ਸਾਹਿਬ ਪੰਜਾਬ ਦੀ ਸਥਿਤੀ ਨੂੰ ਲੈ ਕੇ ਜਿਆਦਾ ਚਿੰਤਾਜਨਕ ਉਹਨਾਂ ਦੀ ਸਥਿਤੀ ਬਣੀ ਹੋਈ ਹੈ ਕਿ ਇਹਨੂੰ ਕਿਵੇਂ ਕਰੇਗੀ ਹੂੰ ਹੂੰ ਉਹਨਾਂ ਨੇ ਹੁਣ ਲੀਡਰਾਂ ਨੂੰ ਬੁਲਾਉਣਾ ਸ਼ੁਰੂ ਕਰਤਾ ਖਾਸ ਕਰਕੇ ਐਮ ਐਲ ਏ ਜੀ ਕਿਹਾ ਤਾਂ ਇਹ ਜਾਂਦਾ ਕਿ ਐਮ ਐਲ ਏ ਤੋਂ ਉਹਨਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ ਜੀ ਖਬਰ ਜਿਹੜੀ ਅਖਬਾਰ ਦੇ ਵਿੱਚ ਲਿਖੀ ਹੈ ਉਹ ਤਾਂ ਇਹ ਹੈ ਵੀ ਕਿ ਕੇਜਰੀਵਾਲ ਸਾਹਿਬ ਦੇ ਕੋਲ ਇੱਕ ਰਿਪੋਰਟ ਕਾਰਡ ਪਿਆ ਹੁੰਦਾ ਹੈ ਜੀ ਜਿਹੜਾ ਵੀ ਬੰਦਾ ਜਾਂਦਾ ਹੈ ਹੂੰ ਹੂੰ ਉਹਦੇ ਨਾਲ ਪਹਿਲਾਂ ਗੱਲ ਕਰਦੇ ਕਿ ਭਾਈ ਤੇਰੇ ਬਾਰੇ ਆਹ ਕੁਝ ਸਾਡੇ ਕੋਲ ਰਿਪੋਰਟ ਹੈ ਜੀ ਤੇਰਾ ਕੰਮ ਬੜਾ ਢਿੱਲਾ ਹੈ ਤੇਰੇ ਤੇ ਇਲਜ਼ਾਮ ਇਹੋ ਜਿਹੇ ਲੱਗਦੇ ਹੈ ਜੇ ਤੂੰ ਅਗਲੀ ਵਾਰੀ ਟਿਕ ਲੈਣੀ ਹੈ ਜੀ ਜਿੱਤਰਾ ਹੈ ਤਾਂ ਆਪਣੇ ਆਪ ਵਿੱਚ ਸੁਧਾਰ ਕਰ ਠੀਕ ਹੈ ਇਹ ਲਿਖੀ ਹੋਈ ਹੈ ਖਬਰ ਪਰ ਮੇਰਾ ਖਿਆਲ ਹੈ ਵੀ ਕਿ ਜਿਹੜੀ ਖਬਰ ਅਖਬਾਰਾਂ ਚ ਹੁੰਦੀ ਹੈ ਖਬਰ ਉਹ ਨਹੀਂ ਹੁੰਦੀ ਉਹ ਨਹੀਂ ਹੁੰਦੀ ਅਸਲ ਤਾਂ ਖਬਰ ਹੈ ਖਬਰ ਉਹਦੇ ਪਿੱਛੇ ਹੋਰ ਹੁੰਦੀ ਹੈ ਐਸਪਲੇ ਦੀ ਜੋ ਆਪਾ ਸਥਿਤੀ ਦੇਖੀਏ ਭਗਵੰਤ ਸਿੰਘ ਮਾਨ ਨੂੰ ਬਹੁਤ ਬੇਹਦ ਕਮਜ਼ੋਰ ਕਰਤਾ ਜੀ ਉਹਦੇ ਆਲੇ ਦੁਆਲੇ ਦੇ ਸਾਰੇ ਬੰਦੇ ਉਹਦੇ ਨਾਲ ਲਾ ਦਿੱਤੇ ਲਾਤੇ ਉਹਦੇ ਦਫਤਰ ਦੇ ਵਿੱਚ ਦਿੱਲੀ ਤੋਂ ਬੰਦੇ ਲੈ ਕੇ ਬਿਠਾ ਦਿੱਤੇ ਔਰ ਟੋਟਲ ਕੰਟਰੋਲ ਉਹਨਾਂ ਕੋਲ ਚਲਾ ਗਿਆ ਤੇ ਕਿਉਂਕਿ ਦਿੱਲੀ ਦੀਆਂ ਚੋਣਾਂ ਹੋਣੀਆਂ ਜੀ ਤੇ ਦਿੱਲੀ ਦੀਆਂ ਚੋਣਾਂ ਵਾਸਤੇ ਮਾਇਆ ਵੀ ਚਾਹੀਦੀ ਹੈ ਬਿਲਕੁਲ ਮਾਇਆ ਕਿਤੇ ਹੋਰ ਅਹਿਲਕਾਰਾਂ ਨੂੰ ਇਕੱਠੇ ਕਰ ਲੈਣਾ ਨੂੰ ਦਿੱਲੀ ਵਾਲੇ ਚੰਦਾ ਚੁੰਦਾ ਜਿਹੜਾ ਲੋਕਾਂ ਤੋਂ ਲੈਣਾ ਹੁੰਦਾ ਹੈ ਉਹ ਲੈਣਗੇ ਇੰਡਸਟਰੀਲਿਸਟ ਵਗੈਰਾ ਤੋਂ ਉਹ ਲੈਣਗੇ ਤੇ ਉਹ ਉੱਥੇ ਪਹੁੰਚਾਉਣਗੇ ਇਹੀ ਦਈਏ ਭਗਵੰਤ ਸਿੰਘ ਮਾਨ ਨੂੰ ਕਹਿ ਦਈਏ ਕਿ ਭਗਵੰਤ ਸਿੰਘ ਮਾਨ ਚੁੱਪ ਕਰਕੇ ਬਹਿ ਜਾਊਗਾ ਹਮ ਅੱਜ ਕੱਲ ਤਾਂ ਲੱਗਦਾ ਕਿ ਬੈਠਾ ਹੈ ਬੈਠਾ ਪਰ ਗੱਲ ਐਡੀ ਵੀ ਹੈ ਨਹੀਂ ਸਹਿਜ ਹੈ ਨਹੀਂ ਕੱਲ ਵੀ ਜੇ ਉਹ ਚੋਣੇ ਦੀ ਚੁਕਵਾਈ ਵਾਸਤੇ ਅਮਿਤ ਸ਼ਾਹ ਉਹਨਾਂ ਨੂੰ ਫੋਨ ਕਰਦੇ ਆ ਜੀ ਇਹ ਵੀ ਇੱਕ ਸੁਨੇਹ ਹੈ ਹਮ ਕਿ ਉਹਦੇ ਨਾਲ ਤਾਂ ਆਪਣੀ ਸੱਸੀ ਕਾਲ ਹੈਗੀ ਹੈ ਹੈਗੀ ਆ ਬਾਈ ਉਹਦੇ ਨਾਲ ਸੱਸੀ ਕਾਲ ਹੋਣੀ ਹੈ ਵੀਲੇ ਮੌਕ ਮੌਕੇ ਤੇ ਉਹ ਵੀ ਆਪਣੇ ਕੰਮ ਆ ਸਕਦਾ ਹੈ ਸੋ ਮੈਨੂੰ ਇਹ ਲੱਗਦੀ ਹੈ ਕਿ ਕੇਜਰੀਵਾਲ ਸਾਹਿਬ ਕਿਸੇ ਵੱਡੇ ਹੀ ਖੇਡ ਦੀ ਤਿਆਰੀ ਚ ਹੈ ਜੀ ਉਹ ਇਸ ਕਿਰਦੀ ਤਿਆਰੀ ਚ ਕਿ ਆ ਜਿਹੜੀਆਂ ਹਗਮ ਜਿਮਨੀ ਚੋਣਾ ਹੋ ਰਹੇ ਨੇ ਇਹਨਾਂ ਜਿਮਨੀ ਚੋਣਾਂ ਤੋਂ ਬਾਅਦ ਇਹਦੇ ਨਾਲੋਂ ਵੀ ਜ਼ਿਆਦਾ ਵਿਸ਼ਵਾਸਪਾਤਰ ਕੋਈ ਜਿਹੜਾ ਬੰਦਾ ਹੈ ਉਹ ਮੁੱਖ ਉਤਰੀ ਦੀ ਕੁਰਸੀ ਦੇ ਉੱਤੇ ਬੈਠਾ ਹੋਵੇ ਉਹ ਬੰਦਾ ਹੁਣ ਕੌਣ ਹੋਵੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੀ ਭਗਵੰਤ ਮਾਨ ਨੇ ਕਿਤੇ ਆਪਣੇ ਵਿਧਾਇਕਾਂ ਦੇ ਉੱਤੇ ਅਸਰ ਤਾਂ ਨਹੀਂ ਪਾਇਆ ਜੀ ਇਹ ਵੀ ਚੈੱਕ ਕੀਤਾ ਇਹ ਵਿਧਾਇਕ ਉਹਦੇ ਨਾਲ ਕਿੰਨੇ ਕ ਹੈ ਵਿਧਾਇਕਾਂ ਨੂੰ ਟੋ ਟੋਕੇ ਦਿਖਾਇਆ ਜਾਂਦਾ ਹੈ ਉਦੋਂ ਮੈਂ ਆਮ ਤੌਰ ਤੇ ਜਦੋਂ ਬੁਖਾਰ ਦੇਖਦੇ ਨਾ థਰਮਾਮੀਟਰ ਨਾਲ ਸਹੀ ਬਦਲ ਆ ਜਾਂਦਾ ਟੈਂਪਰੇਚਰ ਕਿੰਨਾ ਹੈ ਪਰ ਇੱਕ ਨਬਜ ਵੀ ਦੇਖਦੇ ਸਿਆਣੀ ਬੈਜਾ ਇਹਨੂੰ ਨਬਜ ਵੀ ਕੀ ਦੱਸ ਦਿੰਦੇ ਉਹਦੇ ਕੀ ਹੈ ਕੇਜਰੀਵਾਲ ਪਿੱਤੇ ਦੀ ਗਰਮੀ ਉਹ ਦੱਸ ਦਿੰਦੇ ਪਿੱਤੇ ਦੀ ਗਰਮੀ ਦੱਸਦੇ ਕੇਜਰੀਵਾਲ ਨੂੰ ਪਿੱਤੇ ਦੀ ਗਰਮੀ ਆਉਂਦੀ ਹੈ ਔਰ ਹੁਣ ਜਿਸ ਢੰਗ ਦੇ ਨਾਲ ਜੀ ਤੁਸੀਂ ਇਹ ਦੇਖੋ ਕਿ ਨਰਿੰਦਰ ਆਪਣੇ ਕਿਹੜੇ ਅਰਵਿੰਦ ਮੋਦੀ ਮੋਦੀ ਪੰਜਾਬ ਦੇ ਜਿਹੜੇ ਹੈਗੇ ਅਡਵਾਈਜ਼ਰ ਲਾਏ ਹੈ ਹਮ ਤੇ ਉਹ ਅਡਵਾਈਜ਼ਰ ਸਾਹਿਬ ਕਹਿੰਦੇ ਜੀ ਟੈਕਸ ਲਾ ਦਿਓ ਲਾ ਦਿਓ ਉਹ ਟੈਕਸ ਲਾ ਦਿਓ ਕਹਿ ਕੇ ਜਿਨ੍ਹਾਂ ਨੂੰ ਟੈਕਸ ਲੈਣਾ ਹੈ ਉਹਨਾਂ ਨੂੰ ਵੀ ਕਾ ਇਸ਼ਾਰਾ ਹੈ ਹਮ ਨਾਲੀ ਅਸੀਂ ਦੇ ਖੇਤਾਂ ਜਿਹੜੇ ਉਹ ਬਿਬ ਬਿਬ ਬੁਖਮਾਰ ਹੈ ਉਹ ਵੀ ਇੱਥੇ ਪੇਤੇ ਹਾਂ ਅੱਛਾ ਨਵਲ ਅਕਰਵਾਲ ਪਹਿਲਾਂ ਹੀ ਇੱਥੇ ਬੈਠੇ ਹੋਏ ਇਹ ਸਾਰੇ ਮਾਮਲੇ ਵਿੱਚ ਆਪ ਆਪ ਤਾਂ ਦਾਨੇਲੀਆ ਸਾਹਿਬ ਬਹੁਤ ਸਾਰੇ ਲੋਕੇ ਕਹਿੰਦੇ ਕਿ ਜਿੰਨੀਆਂ ਨੈਸ਼ਨਲ ਪਾਰਟੀਆਂ ਉਹਦੀ ਲੀਡਰਸ਼ਿਪ ਵਿੱਚ ਦਖਲਅੰਦਾਜ਼ੀ ਕਰਦੀ ਉਹ ਜ਼ਿਆਦਾਤਰ ਦੋ ਪਾਰਟੀਆਂ ਹੀ ਦਿਖਦੀਆਂ ਅਸੀਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਪਰ ਉਹ ਇਸ ਢੰਗ ਨਾਲ ਤਾਂ ਨਹੀਂ ਕਰਦੇ ਉਹ ਇਸ ਢੰਗ ਨਾਲ ਹੀ ਕਰਦੇ ਸੀ ਜਿਹੜੇ ਢੰਗ ਨਾਲ ਦਖਲਅੰਦਾਜ਼ੀ ਹੋ ਰਹੀ ਹੈ ਮੁੱਖ ਮੰਤਰੀ ਨੂੰ ਪਤਾ ਹੀ ਕੋਈ ਨਹੀਂ ਬਜਿਲਾਣਾ ਮੀਟਿੰਗ ਹੋ ਰਹੀ ਹੈ ਮੀਟਿੰਗ ਹੋ ਰਹੀ ਹੈ ਮੁੱਖ ਮੰਤਰੀ ਨੂੰ ਪਤਾ ਹੀ ਕੋਈ ਨਹੀਂ ਐਮਐਲਏ ਤੁਸੀਂ ਸਦੇ ਜਾ ਰਹੀ ਮੁੱਖ ਮੰਤਰੀ ਨੂੰ ਪਤਾ ਕੋਈ ਨਹੀਂ ਟਿਕਟਾਂ ਵੰਡਤੀਆਂ ਟਿਕਟਾਂ ਵੰਡਤੀਆਂ ਔਰ ਇਹ ਨਹੀਂ ਪਤਾ ਮੁੱਖ ਮੰਤਰੀ ਨੂੰ ਵੀ ਕਿ ਜਿਹੜੇ ਉਹਦੇ ਆਪ ਦੇ ਬੰਦੇ ਆ ਉਹਨਾਂ ਦਾ ਬਸ ਟੈਲੀਫੋਨਾਂ ਦਾ ਕਿ ਫਲਾਣਾ ਵੀ ਹਟਾਤਾ ਇਹਨੂੰ ਬਾਹਰ ਕੱਢ ਦਿਓ ਉਹ ਵੀ ਗਿਆ ਤੇ ਉਹ ਵੀ ਉਹ ਵੀ ਗਿਆ ਉਹ ਵੀ ਗਿਆ ਐਡੀ ਛੇਤੀ ਦਾ ਮੇਰਾ ਖਿਆਲ ਹੈ ਕਿ ਤੇ ਕੁਰਤਾ ਪਜਾਮਾ ਨਹੀਂ ਬਦਲੇ ਗਿਆ ਬਿਲਕੁਲ ਜਿੱਦੀ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਬਦਲ ਰਿਹਾ ਹੈ ਹੂੰ ਇਹ ਲੱਗਦਾ ਇਹ ਹੈ ਕਿ ਮਕੈਨੀਕਲੀ ਸਾਰਾ ਕੁਝ ਲਾਗੂ ਕਰ ਰਹੇ ਪਰ ਪੰਜਾਬ ਦੇ ਵਿੱਚ ਕਦੇ ਮਕੈਨੀਕਲੀ ਲਾਗੂ ਨਹੀਂ ਹੁੰਦਾ ਜੀ ਹੂੰ ਹੂੰ ਇੱਥੇ ਲੋਕ ਭਾਵਨਾਵਾਂ ਹੀ ਹੁੰਦੀਆਂ ਹੂੰ ਹੂੰ ਹੁਣ ਲੋਕਾਂ ਦੀਆਂ ਭਾਵਨਾਵਾਂ ਜੇ ਇਹ ਜਿਹੜੀਆਂ ਕਿ ਹੁਣ ਥੋੜਾ ਥੋੜਾ ਤੁਸੀਂ ਦੇਖਿਆ ਉਹਨਾਂ ਵੀ ਲੋਕਾਂ ਦੇ ਵਿੱਚ ਪਣਪਣਾ ਸ਼ੁਰੂ ਹੋ ਗਿਆ ਹੈ ਭਗਵੰਤ ਮਾਨ ਵਿਚਾਰਾ ਜੀ ਵਿਚਾਰਾ ਭਗਵੰਤ ਮਾਨ ਦੇ ਨਾਲ ਥੱਕਾ ਹੋ ਰੇ ਹੂੰ ਹੂੰ ਅਰੇ ਦਾਨੇ ਵਾਲਿਆ ਸਭ ਆਉਣ ਵਾਲੀ ਦਿਨਾਂ ਦੇ ਵਿੱਚ ਹੋਰ ਹੋਣਗੀਆਂ ਜੀ ਤੇ ਮੇਰੇ ਖਿਆਲ ਮੁਤਾਬਕ ਅੱਜ ਦੇ ਰਿਜ਼ਲਟ ਆਉਣੇ ਨੇ ਰਿਜ਼ਲਟ ਕੀ ਹੋਏ ਹੁੰਦੇ ਜੀ ਇਹ ਉਹਦੇ ਦੇ ਵੀ ਨਿਰਪਰ ਹੈ ਵੈਸੇ ਹੁਣ ਕੈਂਪੇਨ ਕਾਉਂਟ ਹੈਡ ਕਰੂਗਾ ਜੀ ਇਹ ਵੀ ਦੇਖਣ ਵਾਲੀ ਹੈ ਇਹ ਵੀ ਦੇਖਣ ਵਾਲੀ ਅੱਜ ਕਹਿੰਦੇ ਇੱਕ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਉਸ ਮੀਟਿੰਗ ਦੇ ਵਿੱਚ ਹੈਗੇ ਭਗਵੰਤ ਮਾਨ ਵੀ ਕਹਿੰਦੇ ਪਰ ਨਾਲ ਉਹ ਦੂਸਰੇ ਵੀ ਆਏ ਹੋਏ ਐ ਡਾਕਟਰ ਸੰਦੀਪ ਪਾਟਕ ਸੰਦੀਪ ਪਾਟਕ ਪਾਟਕੋੜੀ ਸੰਦੀਪ ਪਾਟਕੋੜੀ ਜਿਹੜੀ ਜਲੰਧਰ ਆਲੇ ਇਹਨਾਂ ਦਾ ਥੋੜਾ ਜਿਹਾ ਉਹ ਹੋਇਆ ਸੀ ਨਾ ਮਨਮਟਾਉ ਹੂੰ ਹੂੰ ਉਹ ਤੋਂ ਬਾਅਦ ਪਹਿਲੀ ਵਾਰ ਕਿਸੇ ਮੀਟਿੰਗ ਚਾਰੇ ਠੀਕ ਹੈ ਜਲੰਧਰ ਵੇਲੇ ਜੀ ਉਹਨਾਂ ਨੇ ਕਿਹਾ ਸੀ ਕਿ ਸਾਰੀ ਕੈਂਪੇਨ ਜਿਹੜੀ ਹੈ ਆਰਗੇਨਾਈਜੇਸ਼ਨ ਚਲਾਉਗੀ ਤੇ ਭਗਵੰਤ ਮਾਨ ਲਾਸਟ ਦਿਨ ਚਾਹਣਗੇ ਤੇਪਕਵੰਤ ਮਾਨ ਨੂੰ ਰਣਕਤ ਅਸੀਂ ਨਹੀਂ ਮੈਂ ਤਾਂ ਆਪਣਾ ਬਿਸਤਰਾ ਲੈ ਕੇ ਈ ਥੀ ਆਰੇ ਜੀ ਉਹ ਬਿਸਤਰਾ ਲੈ ਕੇ ਉੱਥੇ ਬੈਠ ਕੇ ਸੀ ਤੇ ਉਹਨਾਂ ਨੇ ਛੱਡਤੀ ਸੀ ਉਹ ਕੰਪੇਨ ਉਹ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਉਸ ਮੀਟਿੰਗ ਦੇ ਵਿੱਚ ਬੈਠ ਰਿਹਾ ਉਸ ਮੀਟਿੰਗ ਦੇ ਵਿੱਚ ਚਾਰ ਸੀਟਾਂ ਜਿੱਤਣ ਵਾਸਤੇ ਕੀ 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 ਭਗਵੰਤ ਮਾਨ ਨੂੰ ਗਦਰਬਾਹ ਚ ਇਸਤੇਮਾਲ ਕੀਤਾ ਜਾਊ ਜਿਹੜੀ ਸੀਟ ਉਹਨਾਂ ਦੀ ਆਪ ਦੀ ਆਪਦੀ ਇਸ ਕਰਕੇ ਕਿਉਂਕਿ ਡਿੰਪੀ ਟਲੋਂ ਉਹਨਾਂ ਨੇ ਜੁਆਇਨ ਕਰਵਾਇਆ ਸੀ ਜਾਂ ਸਾਰੀਆਂ ਚਾਰਾਂ ਦੀਆਂ ਚਾਰਾਂ ਦੇ ਉੱਤੇ ਉਹਨਾਂ ਦੀਆਂ ਸੇਵਾਵਾਂ ਨਹੀਂਆਂ ਜਾਣੀਆਂ ਇਹ ਨਿਰਪੜ ਹੈ ਔਰ ਬਹੁਤ ਖੁਸ਼ੀ ਦੇਖਣਾ ਹੈ ਕਿ ਜਿੰਨੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਇਹਨਾਂ ਮੀਟਿੰਗਾਂ ਦੇ ਰਿਜ਼ਲਟ ਇਹਨਾਂ ਦੇ ਵਿੱਚ ਕੀ ਫੀਡਬੈਕ ਲੈਂਦੇ ਆ ਤੇ ਫਿਰ ਉਹਦਾ ਰਿਜ਼ਲਟ ਕੀ ਆਉਂਦਾ ਉਹ ਮੇਰੇ ਖਿਆਲ ਆਪਾਂ ਨੂੰ ਅਗਲੇ 2 ਮਹੀਨੇ ਚ ਪਤਾ ਲੱਗ ਜਾਣਾ ਜੀ ਜੀ ਇਹਦਾ ਇਧਰਲੀ ਗੱਲ ਹੋ ਗਈ ਜੀ ਭਗਵੰਤ ਮਾਨ ਦੀ ਆਪਾਂ ਗੱਲ ਕਰ ਲਈ ਤੇ ਕਾਂਗਰਸ ਦੇ ਵਿੱਚ ਕਿਵੇਂ ਆ ਜੀ ਫਿਰ ਕਾਂਗਰਸ ਨੇ ਕਰਤਿਆ ਚਾਰੇ ਦੇ ਚਾਰੇ ਸੀਟਾਂ ਲਾਟ ਬਿਲਕੁਲ ਕਾਂਗਰਸ ਪਾਰਟੀ ਨੇ ਕਰਤਿਆ ਗਿੱਦਰਵਾਹ ਤੋਂ ਰਾਜਾ ਬੜਿੰਗ ਦੀ ਮੈਸੇਜ ਹੈ ਅਮਰਤਾ ਬੜਿੰਗ ਜੀ ਦਾ ਪਹਿਲਾਂ ਹੀ ਪਤਾ ਸੀ ਲਗ ਭਾਗ ਹੂੰ ਦੂਸਰੇ ਪਾਸੇ ਦੇਖੀ ਆਪਾਂ ਡੇਰਾ ਬਾਬਾ ਨਾਨਕ ਤੋਂ ਆਲੇ ਵੀ ਲਗਭਗ ਬਤ ਜਯੰਤਿੰਦਰ ਕੌਰ ਰੰਧਾਵਾ ਉਹ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਈਫ ਹੈ ਜੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਹਿੰਦੇ ਸੀ ਇੱਕ ਪਰਿਵਾਰ ਤੇ ਇੱਕ ਟਿਕਟ ਇੱਕ ਟਿਕਟ ਹਾਂ ਲੇਕਿਨ ਜਿਹੜੇ ਪਾਵਰਫੁੱਲ ਬੰਦੇ ਆ ਦੋ ਦੋ ਟਿਕਟਾਂ ਲੈ ਜਾਂਦੇ ਹੁਣ ਪਾਵਰਫੁੱਲ ਬੰਦੇ ਜਿਹਦੇ ਵਿੱਚ ਆਪਾਂ ਦੇਖੀਏ ਰਾਜਾ ਬੜਿੰਗ ਜੀ ਪ੍ਰਧਾਨ ਹੈ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੈਗੇ ਉਹ ਪਾਰਲੀਮੈਂਟ ਦੇ ਮੈਂਬਰ ਵੀ ਹੈ ਔਰ ਰਾਜਸਥਾਨ ਦੇ ਇੰਚਾਰਜ ਵੀ ਹੈ ਸ਼ਾਇਦ ਉਹਨਾਂ ਨੂੰ ਯੂਪੀ ਦੇ ਵਿੱਚ ਵੀ ਆਪਣਾ ਥੋੜਾ ਜੇ ਐਨਕੇਚ ਵੀ ਲਾਇਆ ਹੋਇਆ ਸੀ ਕਿ ਤੁਸੀਂ ਉੱਥੇ ਵੀ ਕਰੋ ਉਹਨਾਂ ਦੀ ਰਹੀ ਗੱਲ ਜਿਹੜੀ ਤੁਹਾਡੀ ਆਪਣੀ ਉੱਥੋਂ ਵਾਲੀ ਚੱਬੇਵਾਲ ਦੀ ਜੀ ਉੱਥੇ ਜਿਹੜੇ ਹੈਗੇ ਆ ਡਾਕਟਰ ਰਾਜਪਾਲ ਚੱਬੇਵਾਲ ਉਹਨਾਂ ਦੇ بیٹے ਨੂੰ ਦੇਤੀ ਹੈ ਜੀ ਔਰ ਉਹਨਾਂ ਦੇ ਬੇਟੇ ਨੂੰ ਜਿਹੜੀ ਟਿਕਟ ਦਿੱਤੀ ਹੈ ਉਹ ਟਿਕਟ ਜਿਹੜੀ ਆਪਣੇ ਆਪ ਦੇ ਵਿੱਚ ਉਹ ਵੀ ਹੈ ਉੱਥੇ ਵੀ ਪਿਤਾਪੁਰਖੀ ਆ ਗਈ ਜੀ ਪਿਤਾਪੁਰਖੀ ਵੀ ਆ ਗਈ ਨਾ ਡਾਕਟਰ ਰਾਜਕਮਾਰ ਤਾਂ ਸੌਰੀ ਭਾਜੀਪੀ ਦਾ ਗਿਆ ਉੱਥੇ ਇਹਨਾਂ ਨੇ ਦਿੱਤੀ ਜਿਹੜਾ ਬਹੁਜਨ ਸਮਾਜ ਪਾਰਟੀ ਚ ਸੌਰੀ ਮੈਂ ਗਲਤ ਕਹਿ ਗਿਆ ਸੀ ਉਹ ਜਿਹੜੀ ਹੈ ਜਿਹੜੀ ਸੀਗੀ ਤਾਂ ਆਪਾਂ ਵਾਲੇ ਨੇ ਦਿੱਤੀ ਜੀ ਉੱਥੇ ਜਿਹੜੀ ਬਹੁਜਨ ਸਮਾਜ ਪਾਰਟੀ ਵੱਲੋਂ ਜਿਸ ਬੰਦੇ ਨੇ ਚੋਣ ਲੜੀ ਸੀ ਜੀ ਆ 2024 ਵਾਲੀ ਉਹ ਬੰਦਾ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਠੀਕ ਹੈ ਜੀ ਉਹਨੂੰ ਚੱਕ ਟਿੱਕ ਟੋ ਨੂੰ ਵੀ ਦੇਤੀ ਹੂੰ ਹੂੰ ਤਿੰਨ ਉਹ ਦਦੇ ਬਰਨਾਲੇ ਦੇ ਉੱਤੇ ਦੇਤੀ ਸੀ ਕਾਲਾ ਢੱਲੋਂ ਨੂੰ ਜੀ ਕਾਲਾ ਢੱਲੋਂ ਬਾਰੇ ਮੈਂ ਤੁਹਾਨੂੰ ਦੱਸੇ ਮੈਂ ਕਾਲਾ ਢੱਲੋਂ ਸੀਰਾ ਢੱਲੋਂ ਦਾ ਭਰਾ ਹੈ ਅੱਛਾ ਜੀ ਸੀਰਾ ਢੱਲੋਂ ਆਪਣੇ ਬਿੜੇ ਬਹੁਤ ਵੱਡਾ ਕਾਂਗਰਸਾ ਲੀਡਰ ਹੁੰਦਾ ਸੀ ਲੇਖਣ ਦੀ ਮੌਤ ਹੋ ਗਈ ਸੀ ਹੂੰ ਹੂੰ ਉਸ ਤੋਂ ਬਾਅਦ ਫਿਰ ਕਾਲਾ ਢੱਲੋਂ ਸਰਗਰਮ ਹੋ ਗਿਆ ਸੀ ਕਾਲਾ ਢੱਲੋਂ ਆਮ ਆਦਮੀ ਪਾਰਟੀ 'ਚ ਵੀ ਰਹੇ ਅੱਛਾ ਠੀਕ ਹੈ ਅਰੇ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੁੰਦਾ ਸੀ ਠੀਕ ਹੈ ਤੇ ਉਸ ਤੋਂ ਬਾਅਦ ਅਨਿਆੜੀਆਂ ਸਭ ਹੋਇਆ ਕੀ ਕਿ ਇਹ ਆਮ ਆਦਮੀ ਪਾਰਟੀ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਗਰੁੱਪ ਨਾਲ ਚਲਾ ਗਿਆ ਸੀ ਠੀਕ ਹੈ ਠੀਕ ਹੈ ਤੇ ਜਦੋਂ ਸੁਖਪਾਲ ਸਿੰਘ ਖੈਰਾ ਨੇ ਅਸਤੀਫਾ ਦਿੱਤੇ ਤੇ ਫਿਰ ਉਹਦੇ ਨਾਲ ਹੀ ਅਸਤੀਫਾ ਉਹਨੇ ਦਿੱਤਾ ਸੀ ਅੱਜ ਕੱਲ ਇਹ ਟਰਾਂਸਪੋਰਟਰ ਤਾਂ ਹੈ ਅੱਜ ਕੱਲ ਇਹਦੀ ਨੇੜਤਾ ਜਰੀ ਹੈ ਉਹ ਇਹਨਾਂ ਨਾਲ ਹੈ ਰਾਜਾ ਬੜਿੰਗ ਨਾਲ ਸੋ ਰਾਜਾ ਬੜਿੰਗ ਨੂੰ ਜੇ ਆਪਾਂ ਦੇਖੀਏ ਤਾਂ ਰਾਜਾ ਬੜਿੰਗ ਆਪਣੇ ਗਰੁੱਪ ਦੀਆਂ ਦੋ ਟਿਕਟਾਂ ਲੈ ਗਿਆ ਠੀਕ ਹੈ ਜੀ ਇੱਕਾ ਵੀ ਵਾਈਫਾਸ ਤੇ ਦੂਜੀ ਇਹ ਪਰ ਜਿਹੜੀ ਅਗਲੀ ਗੱਲ ਹੈ ਕਿ ਉੱਥੇ ਜਿਹੜੀ ਹੈਗੀ ਟੱਕਰ ਹੂੰ ਉੱਥੇ ਟੱਕਰ ਬੜੀ ਅਜੀਬ ਹੈ ਜੀ ਕਿਉਂਕਿ ਉੱਥੇ ਦੋ ਢਿੱਲਾਂ ਆ ਗਈ ਇੱਕ ਕੈਬਲ ਢਿੱਲੋਂ ਆ ਗਿਆ ਤੇ ਦੂਜਾ ਕੇਬਲ ਢਿੱਲੋਂ ਆ ਗਿਆ ਜੀ ਹੁਣ ਕਾਂਗਰਸ ਪਾਰਟੀ ਦੇ ਵਿੱਚੋਂ ਕਈ ਬੰਦੇ ਟਿਕਟਾਂ ਦੇ ਚਾਹਵਾਨ ਸੀ ਹੂੰ ਹੂੰ ਉਹਨਾਂ ਬੰਦਿਆਂ ਨੂੰ ਟਿਕਟਾਂ ਨਹੀਂ ਮਿਲੀਆਂ ਜੀ ਜਿਨ੍ਹਾਂ ਬੰਦਿਆਂ ਨੂੰ ਟਿਕਟਾਂ ਨਹੀਂ ਮਿਲੀਆਂ ਤੇ ਕੇਵਲ ਢਿੱਲੋਂ ਪੁਰਾਣਾ ਕਾਂਗਰਸੀ ਠੀਕ ਹੈ ਜੀ ਇਹਦੇ ਲਿੰਕ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਆ ਪੈਸੇ ਵਾਲਾ ਬੰਦਾ ਹੈ ਉਹ ਉਹਨਾਂ ਨੂੰ ਕਿਵੇਂ ਇਸਤੇਮਾਲ ਕਰਦਾ ਇਹ ਗੱਲ ਭਵਿੱਖ ਤੇ ਨਿਰਪਰ ਹੈ ਪਰ ਜੇ ਆਪਾਂ ਦੇਖੀਏ ਸਭ ਤੋਂ ਅਸਲ ਕਹਾਣੀ ਆ ਗਈ ਇੱਥੋਂ ਵਾਲੀ ਗਿੱਦੜਵਾਦੀ ਠੀਕ ਹੈ ਗਦਰਬਾਹ ਦੇ ਉੱਤੇ ਰਾਜਾ ਬੜਿੰਗ ਦੀ ਵਾਈਫ ਹੈ ਅਮਰਤਾ ਬੜਿੰਗ ਤੇ ਇੱਕ ਦਿਨ ਪਹਿਲਾਂ ਹੀ ਕਹਿੰਦੇ ਉਹਨੇ ਟਵੀਟ ਕਰਤਾ ਸੀ ਆਪਣੇ ਨੇ ਡਿੱਪੀ ਨੇ ਨਹੀਂ ਜੀ ਮਨਪ੍ਰੀਤ ਬਾਦਲੇ ਮਨਪ੍ਰੀਤ ਬਾਦਲੇ ਅੱਛਾ ਹੈ ਕਿ ਕਈਆਂ ਨੂੰ ਦੇ ਮਨਾਂ ਦੇ ਵਿੱਚ ਗਲਤ ਫਹਿਮੀਆਂ ਜਿਹਨਾਂ ਦੀਆਂ ਗਲਤ ਫਹਿਮੀਆਂ ਆਪਾਂ ਸਾਰੀਆਂ ਖੜ ਦੇਾਂਗੇ ਠੀਕ ਹੈ ਜੀ ਅੱਜ ਇਹ ਕਹਿੰਦੇ ਬੀਬੀ ਦਾ ਅਮਰਤਾ ਬੜਿੰਗ ਦਾ ਵੀ ਆ ਗਿਆ ਉਹ ਕਹਿੰਦੀ ਵੀ ਇਹ ਬੰਦਾ ਕਾਬਲੇ ਇਤਵਾਰ ਹੀ ਨਹੀਂ ਅੱਛਾ ਜਿਹੜੀ ਪਾਰਟੀ ਨੇ ਕਹਿੰਦੀ ਇਹਨੂੰ ਬਖਸ਼ਿਆ ਇਨਾ ਮਾਨਤਨ ਬਖਸ਼ਿਆ ਦਾ ਉਸ ਪਾਰਟੀ ਦਾ ਸਕਾ ਨਹੀਂ ਸੀ ਸਕਾ ਨਹੀਂ ਸੀ ਹਾਂ ਇਸ ਸਕਾ ਕੀ ਦਾ ਹੈ ਇਸ ਕਰਕੇ ਕਾਂਗਰਸ ਪਾਰਟੀ ਨੇ ਦਾਨੇ ਵਾਲੇ ਸਭ ਟਿਕਟਾਂ ਦਿੱਤੀਆਂ ਲੇਕਿਨ ਕਾਂਗਰਸ ਪਾਰਟੀ ਵਾਸਤੇ ਇਹ ਚੋਣਾਂ ਲੜਨੀਆਂ ਬਹੁਤ ਲੜਨੀਆਂ ਤੇ ਜਿੱਤਣੀਆਂ ਬਹੁਤ ਮਹੱਤਵਪੂਰਨ ਹੈ ਲੜ ਚੁ ਲੜਾਈ ਤੇ ਸਾਰੇ ਲੜਦੇ ਲੜਦੇ ਜਿੰਨੀਆਂ ਬਹੁਤ ਵੱਡੀ ਗੱਲ ਹੈ ਖਾਸ ਕਰਕੇ ਜੇ ਆਪਾਂ ਗਿੱਧਰਵਾਹ ਦੀ ਚੋਣ ਦੇਖੀ ਤਾਂ ਗਿੱਧਰਵਾਹ ਦੀ ਚੋਣ ਜਿਹੜੀ ਹੈਗੀ ਆ ਇੱਕ ਪਾਸੇ ਮੁੱਖ ਮੰਤਰੀ ਆਪ ਹੈ ਹਾਂਜੀ ਡਿੰਪੀ ਢੱਲੋਂ ਨੂੰ ਉਹ ਲੈ ਕੇ ਆਇਆ ਹੈ ਦੂਜੇ ਪਾਸੇ ਜਿਹੜਾ ਹੈਗਾ ਹਾਲੇ ਤੱਕ ਅਕਾਲੀ ਦਲ ਦੀ ਗੱਲ ਕਲੀਅਰ ਨਹੀਂ ਹੈ ਕਲੀਅਰ ਨਹੀਂ ਹੈ ਕਿਉਂਕਿ ਉਹਨਾਂ ਦਾ ਅੱਜ ਸ਼ਾਮ ਤੱਕ ਕਹਿੰਦੇ ਆ ਕੋਈ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਚੱਲ ਰਹੀ ਹੈ ਸ਼ਾਇਦ ਕੱਲ ਨੂੰ ਫੇਰ ਉਹਨਾਂ ਨੇ ਇੱਕ ਪ੍ਰਧਾਨਾ ਦੀ ਮੀਟਿੰਗ ਬੁલા ਲਈ ਆਪਾਂ ਅਗਲੀ ਖਬਰ 'ਚ ਗੱਲ ਕਰਾਂਗੇ ਉਹ ਉਹਨਾਂ ਦਾ ਮਾਮਲਾ ਹੈ ਪਰ ਇਹਨਾਂ ਨੇ ਕੈਂਡੀਡੇਟ ਜ਼ਰੂਰ ਐਲਾਨ ਕਰ ਦਿੱਤੇ ਇਹਨਾਂ ਕੈਂਡੀਡੇਟਾਂ ਦੀ ਕਾਰਗੁਜ਼ਾਰੀ ਜੀ ਉਹ ਕਾਂਗਰਸ ਪਾਰਟੀ ਦੀ ਜਿਹੜੀ 2027 ਦੀ ਇਲੈਕਸ਼ਨ ਇਲੈਕਸ਼ਨ ਉਰ ਉਦੇ ਤੇ ਅਸਰ ਪਾਊਗੀ ਔਰ ਨਾਲ فرض ਕਰੋ ਜੇ ਕੋਈ ਐਸੀ ਬੇਸਿਕ ਗੱਲ ਤੇ ਕਈ ਲੀਡਰਾਂ ਦੀ ਕਿਸਮਤ ਦੇ ਉੱਤੇ ਵੀ ਨਾਲ ਦੀ ਦੂਜੀ ਬੱਸ ਦੇਖਣਾ ਹੋਵੇ ਤਾਂ ਕਿੰਨੇ ਬੱਸ ਦੇ ਉੱਤੇ ਹੋਰ ਜਿਹੜਾ ਹੈ ਫੈਕਟਰ ਵੀ ਹੈ ਹਾਂ ਜਗਮੀਤ ਸਿੰਘ ਬਰਾੜ ਦੀ ਅੱਜ ਫਿਰ ਵੀਡੀਓ ਆ ਗਈ ਅੱਛਾ ਉਹ ਕਹਿੰਦਾ ਮੈਂ ਤਿਆਰ ਉਹਨਾਂ ਨੇ ਤਿਆਰ ਉਹ ਕਹਿੰਦੇ ਨਾਮੀਨੇਸ਼ਨ ਪੇਪਰ ਫਾਈਲ ਕਰਨੇ ਹੈ ਬਸ 25 ਤੱਕ ਕਰਨੇ ਨਾਮੀਨੇਸ਼ਨ ਪੇਪਰ ਫਾਈਲ ਕਰਨੇ ਹੈ ਠੀਕ ਹੈ ਤੇ ਉਹ 50 ਪਿੰਡ ਕਹਿੰਦੇ ਕੱਢਨੇ ਆਪਾਂ ਦਿੱਲੀ ਹੂੰ ਅੱਜ ਪੁੱਠੀਵਾਲਾ ਵਗੈਰਾ ਚ ਗਏ ਐ ਤੇ ਪੁੱਠੀਵਾਲੇ ਦੇ ਕਿੰਨੇ ਗਰੀਬ ਲੋਕਾਂ ਨੇ ਕੰਦੇ ਉਹਦੇ ਚ ਪੁੱਠੀਵਾਲੇ ਤੇ ਇਹਦਾ ਆਪ ਦਾ ਵੈਸੀ ਹੋਲਡ ਸ਼ੁਰੂ ਤੇ ਬਹੁਤ ਬੜੇ ਮੁੰਡੇ ਲਵਾਏ ਲੂ ਬੜੇ ਮੁੰਡੇ ਲਾ ਹਾਂ ਉਹੀ ਉਹ ਬਿਜਲੀ ਬੋਰਡ ਦੇ ਵਿੱਚ ਹੀ ਬੜੇ ਮੁੰਡੇ ਲਵਾਏ ਹੋਏ ਆ ਉਹ ਮੇਰੇ ਖਿਆਲ ਮਤਬਕ ਹੈ ਵੀ ਕਿਉਂਕਿ ਜਿਸ ਵੇਲੇ ਜਗਮੀਤ ਸਿੰਘ ਬਰਾੜ ਬਿਜਲੀ ਬੋਰਡ ਦੇ ਏ ਐਮ ਸੀ ਨਾ ਉਦੋਂ ਹਾਂ ਉਸ ਵੇਲੇ ਇਹਨਾਂ ਨੇ ਗਿੱਤਰ ਵਹਾਵਲ ਬੜਾ ਧਿਆਨ ਦਿੱਤਾ ਸੀ ਜੀ ਜੀ ਔਰ ਉਹ ਪੁਰਾਣੇ ਜਿਹੜੇ ਸੰਪਰਕ ਸੂਤਰ ਐ ਇਵਨ ਦਾਨੇ ਵਾਲਿਆ ਸਭ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਹਾਂਜੀ ਕਿ ਡਿੰਪੀ ਢਲੋਂਦੇ ਪਰਿਵ ਤੇਲ ਦਾ ਲੰਬੀ ਲੰਬੀ ਇਹਦੇ ਫਾਦਰ ਬੇ ਲੰਬੀ ਪਾਦਰ ਸਾਹਿਬ ਬੈਠਦੇ ਬੈਠਦੇ ਸੀ ਉਹਦੇ ਚ ਕਹਿੰਦੇ ਕੋਈ ਮਲਾਫਟ ਮਲੂਫਟ ਹੋ ਗਈ ਸੀ ਤੇ ਫੂਡ ਸਪਲਾਈ ਵਾਲੇ ਨੇ ਕਿਸ ਰਜਿਸਟਰ ਕਰ ਰਹੇ ਸੀ ਠੀਕ ਹੈ ਜੀ ਉਸ ਵੇਲੇ ਸਰਦਾਰ ਦਰਵਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਤੇ ਉਹ ਰਿਸ਼ਤੇਦਾਰੀ ਤਰਜੀਤ ਸਿੰਘ ਬਰਾੜ ਦੀ ਸੀ ਸੀਗੀ ਹਾਂ ਪਾਰਲੀਮੈਂਟ ਦੀ ਆਪਣੇ ਉਹਨਾਂ ਨੇ ਅਸੈਂਬਲੀ ਦੀ ਟਿਕਟ ਵੀ ਉਹਨਾਂ ਨੇ ਦਵਾਈ ਸੀ ਸੋਨੀਆ ਕਹਿੰਦੀ ਨੇ ਟਿਕਟ ਦਿੱਤੀ ਸੀ ਪਰ ਕਹਿੰਦੇ ਉਹਦੋਂ ਖੜਾ ਵੀ ਛੜਵਾਇਆ ਸੀ ਸੋ ਜਿਨ੍ਹਾਂ ਬੰਦਿਆਂ ਦੇ ਤੇ احਸਾਨ ਹੈਗੇ ਮੈਨੂੰ ਜਾਣਕਾਰੀ ਕਿਸੇ ਬੰਦੇ ਨੇ ਦੱਸੀ ਉਹ ਕਹਿੰਦੇ ਵੀ ਦੇਲੇ ਉਹ शिवराज ਸਿੰਘ ਹੈ ਸਰਦਾਰ शिवराज ਸਿੰਘ ਉਹ ਤਾਂ ਕਹਿੰਦੇ ਵੀ ਅੱਜ ਵੀ ਕਹਿੰਦੇ ਵੀ ਜਗਮੀਤ ਸਿੰਘ ਬਰਾੜ ਦਾ ਸਾਡੇ ਤੇ ਬੜਾ ਅਸਰ ਹੈ। ਹੂੰ ਹੂੰ। ਇਹ ਹੁਣ ਇਹ ਜਿਹੜੀ ਇਸ ਕਰਕੇ ਟਿਕਟਾਂ ਭਾਵੇਂ ਕਾਂਗਰਸ ਦਿੱਤੀਆਂ ਲੇਕਿਨ ਜਗਮੀਤ ਸਿੰਘ ਬਰਾੜ ਦਾ ਉੱਥੇ ਆ ਜਾਣਾ ਵੀ ਗਿੱਧਰਵਾਹ ਤੇ ਮੈਨੇਜ ਨਾ ਕੁਝ ਪਰ ਮਨਪ੍ਰੀਤ ਬਾਦਲ ਨੇ ਟਿਕਟ ਲੈਣ ਤੋਂ ਬਾਅਦ ਸਿੱਧਾ ਬਾਦਲ ਸਾਹਿਬ ਨੂੰ ਦੀ ਯਾਦ ਕੀਤੀ ਜੀ ਕਹਿੰਦਾ ਅੱਜ ਬਾਦਲ ਸਾਹਿਬ ਦੀ ਕਮੀ ਖੜਕ ਰਹੀ ਹੈ ਮੈਨੇ। ਨਹੀਂ ਉਹ ਬਾਦਲ ਸਾਹਿਬ ਨੂੰ ਤਾਂ ਯਾਦ ਕਰਨਗੇ ਕਰਨਗੇ। ਹੂੰ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਆਪਣੇ ਆਪ ਤੇ ਕੁਝ ਵੀ ਨਹੀਂ ਸੀ ਨਾ। ਹੂੰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਜਦੋਂ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੀ ਲੋੜ ਇਹ ਸੀ ਕਿ ਆਪਾਂ ਗਿੱਦੜਵਾਹ ਜਿੱਤਨੀ ਹੈ ਤੇ ਅਕਾਲੀ ਦਲ ਤੇ ਬਾਦਲ ਪਰਿਵਾਰ ਦੀ ਮੋੜ ਸੁਰਜੀਤੀ ਕਰਨੀ ਜੀ ਜੀ ਜੇ ਆਪ ਲੜਦੇ ਸੀ ਬਾਦਲ ਸਾਹਿਬ ਆਰ ਜਾਂਦੇ ਤਾਂ ਬਿਲਕੁਲ ਖਤਮ ਹੋਦਾ ਸੀ ਬਿਲਕੁਲ ਹਮ ਹਮ ਸੁਖਵੀਰ ਸਿੰਘ ਬਾਦਲ ਉਸ ਵੇਲੇ ਜਿਹੜੇ ਹੈਗੇ ਆਪਣੇ ਕਾਰੋਬਾਰ ਸੀ ਤਾਂ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਕੀਤੀ ਕਿ ਮਨ ਸਿੰਘ ਮਨਪ੍ਰੀਤ ਸਿੰਘ ਬਾਦਲ ਨੂੰ ਲਿਆਓ ਤੇ ਇਹਨੂੰ ਲੈ ਕੇ ਆਪਾਂ ਅਜਮਾਉਣੀ ਜੀ ਬੰਦੇ ਨੂੰ ਲੈ ਕੇ ਐਮਐਲਏ ਬਣਾਏ ਤੇ ਲਗਾਤਾਰ ਐਮਐਲਏ ਬਣਦਾ ਰਿਹਾ ਹਮ ਹਮ ਤੇ ਫਿਰ ਨਾਲ ਦੀ ਨਾਲ ਹੀ 97 ਚ ਪਹਿਲੀ ਵਾਰ ਸਰਕਾਰ ਬਣਦੀ ਹੈ ਮਨਪ੍ਰੀਤ ਸਿੰਘ ਦੇ ਆਉਣ ਤੋਂ ਬਾਅਦ ਤੇ ਇਹਨਾਂ ਨੂੰ ਮੰਤਰੀ ਬਣਾਤਾ 97 ਚ ਬਣਾਇਆ ਫਿਰ ਦੂਜਾ ਥੋੜਾ ਬਣਾਇਆ ਆਪਣੇ 7 ਚ ਬਣਾਇਆ 7 ਚ ਬਣਾਇਆ ਹਾਂ ਜੀ ਤੇ 12 ਮਿਲ ਤਾਂ ਛੱਡ ਹੀ ਗਏ ਸੀਗੀ 11 ਦੇ ਵਿੱਚ ਇਹਨਾਂ ਨੇ ਆਪਣੇ ਪੀਪਲ ਚ ਪਰ ਇਹਦੇ ਨਾਲ ਨਾਲ ਤਾਂ ਨੇ ਅਲੀ ਸਾਬ ਹੁਣ ਉਹ ਜਿਹੜੀ ਬਾਦਲ ਸਾਹਿਬ ਨੇ ਕੋਈ ਪ੍ਰੇਜ਼ ਕੀਤੀ ਸੀ ਹਾਂਜੀ ਕਹਿੰਦੇ ਉਹ ਵੀਡੀਓ ਵੀ ਚਲਾ ਰਹੇ ਪੁਰਾਣੀਆਂ ਵੀ ਆ ਲੋ ਜੀ ਠੀਕ ਹੈ ਪਰ ਨਾਲ ਮੇਰਾ ਖਿਆਲ ਫਿਰ ਦੂਜੀ ਧਰਾਲੇ ਵੀ ਤਾਂ ਚਲਾ ਦੇਣਗੇ ਚਲਾ ਦੇਣਗੇ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਜੋ ਕੁਝ ਕਿਹਾ ਸੀ ਫਿਰ ਉਹ ਰਿਕਾਰਡ ਵੀ ਅੱਜ ਆਜੂਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਬਰਬਾਦੀ ਦਾ ਕਾਰਨ ਮੇਰੇ ਤੋਂ ਆਇਆ ਜੀ ਹੈ ਜਦੋਂ ਉਹ ਨਿਰੰਕਾਰੀ ਤੇ ਸਿੱਖ ਟਕਰਾਅ ਹੋਇਆ ਟਕਰਾਅ ਹੋਇਆ ਉਸ ਵੇਲੇ ਕਹਿੰਦੇ ਡੀਆਈਜੀ ਨੇ ਕਿਹਾ ਸੀ ਜੀ ਆਪਾਂ ਮਤਲਬ ਜਿਹੜੀ ਇਹਨਾਂ ਨੂੰ ਨਿਰੰਕਾਰੀਆਂ ਨੂੰ ਪ੍ਰਵਾਨਗੀ ਦਿੱਤੀ ਹੈ ਰੱਦ ਕਰ ਦਿੱਗੇ ਜੀ ਤੇ ਬਾਦਲ ਸਾਹਿਬ ਨੇ ਨਾ ਕਰਤੀ ਸੀ ਉਹ ਤੋਂ ਬਾਅਦ ਜਿਹੜੇ ਕਹਿੰਦੇ ਉਹ ਬੰਦੇ ਉੱਥੇ ਮਰੇ ਆ ਤੇਰਾ ਸਿੱਖ ਮਰੇ ਤੇ ਉਹ ਤੋਂ ਬਾਅਦ ਜਿਵੇਂ ਉਹ ਨਰੰਕਾਰੀ ਮੁਖੀ ਪੰਜਾਬ ਚੋਂ ਨਿਕਲੇ ਸਾਰੇ ਸਾਰੇ ਇਲਜ਼ਾਮ ਕੀਤੇ ਤੇ ਲਾਏ ਇੱਥੋਂ ਤੱਕ ਕੇ ਸਰਦਾਰ ਨੀ ਸੁਰਿੰਦਰ ਕੌਰ ਬਾਦਲ ਦੇ ਭੋਗ ਵੇ ਦਾ ਜਿਹੜਾ ਸਾਰਾ ਘਟਨਾ ਕਰ ਮਾਪਾ ਦਾ ਉਹ ਵੀ ਉਹ ਵੀ ਪੰਜਾਬ ਦੀ ਵਿਧਾਨ ਸਭਾ ਚ ਗਿਆ ਸੀ ਗਿਆ ਸੀ ਔਰ ਨਾਲ ਹਰਸਿਮਰਤ ਕੌਰ ਬਾਦਲ ਨੂੰ ਵੀ ਬਖਸ਼ਿਆ ਸੀ ਜੀ ਕਿ ਹਰਸਿਮਰਤ ਕੌਰ ਬਾਦਲ ਦੇ ਮਾਪਿਆਂ ਨੇ ਜਿਹੜੀ ਗੱਡੀ ਦਿੱਤੀ ਸੀ ਦਾਜ ਦੇ ਵਿੱਚ ਕਹਿੰਦੇ ਉਹ ਕਿਸਤਾ ਟੁੱਟ ਗਿਆ ਸੀ ਹਾਂ ਹਾਂ ਪਰ ਹਰਸਿਮਰਤ ਕੌਰ ਬਾਦਲ ਨੇ ਤਾਂ ਟੋਕਤਾ ਸੀ ਜੀ ਉਹਨੇ ਕਹਿ ਸੀਗਾ ਕਿ ਮੇਰੀ ਡੋਲੀ ਜਿਹੜੀ ਹੈਗੀ ਆ ਮੇਰੇ ਫਾਦਰ ਦੇ ਹੱਥ ਲੈ ਕੇ ਆਏ ਸੀ ਹੱਥ ਲੈ ਕੇ ਉਹ ਹੁਣੇ ਸਾਰੀਆਂ ਜਿਹੜੇ ਉਹ ਚੰਗਾ ਪੱਖ ਆ ਗਿਆ ਤੇ ਉਹ ਨੈਗੇਟਿਵ ਪੱਖ ਵੀ ਹੈਗਾ ਮੇਰੇ ਖਿਆਲ ਨਾਲ ਰਾਜਾ ਬੜੀ ਗੋ ਵੀ ਕੱਢ ਲੀਆਂ ਹੋਣਗੀਆਂ ਉਹਨੇ ਅਗਲੇ ਦਿਨਾਂ ਦੇ ਵਿੱਚ ਫਿਰ ਉਹ ਅਗਲੇ ਦਿਨ ਦੇ ਵਿੱਚ ਉਹ ਵੀ ਮਤਲਬ ਗਿੱਦੜਬਾਦ ਸੀਟ ਕੇ ਜਿਹੇ ਹੀ ਸੀਟ ਹੈ ਜਿਹੜੀਆਂ ਬਾਕੀ ਸਾਰਿਆਂ ਨਾਲ ਕਿ ਇੱਥੇ ਤਮਾਸ਼ਾ ਬੜਾ ਹੋਊਗਾ ਜੀ ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮਾਂਦਨ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢੱਲਹੋਰੀ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਐਰਲਿੰਗਟਨ ਫਿਊਲ ਸਟਾਪ ਐਰਲਿੰਗਟਨ ਫਿਊਲ ਸਟਾਪ 1801 ਪਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 3606526066 दो लोकेशन तो सेवा में प्रदान करते हैं सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्कात सौ सतानवे तेईस चौर

ਵੇਤੇ

Sefer Chesosart. 519 660 QTL because we care. Wait, Frank, ਪਪਾਂ ਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਤੋਂ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਹਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚ ਇਹ ਕੜੇ, ਚੂੜੀਆਂ, ਨਗਾਵਲੀਆਂ, ਸੋਹਣੀਆਂ-ਸੋਹਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਵਲਰ ਸ਼ਾਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ। ਸੋ ਪ੍ਰੋਗਰਾਮ ਸ਼ਮਾਨਦੰ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹਰੀ ਤੇ ਢਿੱਲੋਂ ਸਾਹਿਬ ਹੁਣ ਸੁਖਵੀਰ ਸਿੰਘ ਬਾਦਲ ਦੀ ਆਪਾਂ ਗੱਲ ਕੀਤੀ ਸੀਗੀ ਅਪੀਲ ਕਰਨਗੇ ਜੀ ਪਾਰਟੀ ਦੇ ਮੈਂਬਰਸ਼ਿਪ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਵੀ ਛੋਟ ਦੇ ਦਿਓ ਜੀ ਜਥੇਦਾਨੀ ਸਾਹਿਬ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਜੀ ਉਦੋਂ ਤੋਂ ਕਈ ਮੌਕੇ ਆਏ ਆ ਜਦੋਂ ਸੁਖਵੀਰ ਸਿੰਘ ਬਾਦਲ ਵੈਸੇ ਤਾਂ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਸੀ ਉਹ ਆਪਣੇ ਘਰ ਬਹਿਗੇ ਸੀ ਪਰ ਦੋ ਤਿੰਨ ਮੌਕੇ ਅਜਿਹੇ ਆਏ ਆ ਜਦੋਂ ਉਹ ਬਾਹਰ ਆ ਗਏ ਸ਼ੁਰੂ ਦੇ ਵਿੱਚ ਸ਼ਾਇਦ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਮਿਲਣਾ ਗਿਲਣਾ ਨਹੀਂ ਹੈ ਜਦੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਤਾਂ ਦੋ ਜੀ ਪਟਿਆਲੇ ਦੇ ਵਿੱਚ ਮੇਰਾ ਖਿਆਲ ਹੈ ਦੋ ਕੋਈ ਪਟਿਆਲੇ ਤੇ ਕਿ ਲੁਧਿਆਣੇ ਦੇ ਵਿੱਚ ਦੋ ਡੈਥਸ ਹੋਈਆਂ ਸੀ ਉਹਨਾਂ ਪਰਿਵਾਰਾਂ ਚ ਵੀ ਗਏ ਸੀ ਹੂੰ ਹੂੰ ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਜਦੋਂ ਉਹ ਦੋ ਧਰਨੇ ਲੱਗੇ ਪੰਚਾਇਤ ਚੋਣਾਂ ਨੂੰ ਲੈ ਕੇ ਹੂੰ ਹੂੰ ਪੰਚਾਇਤ ਚੋਣਾਂ ਚ ਵੀ ਉਹਨਾਂ ਨੇ ਸਰਗਰਮੀ ਦਿਖਾਈ ਤੇ ਧਰਨਿਆਂ ਦੇ ਵਿੱਚ ਵੀ ਦਿਖਾਈ ਜੀ ਉਹਨਾਂ ਨੇ ਤਰਨਡਾ ਜਿਹੜਾ ਹੈਗਾ ਮੁਖਸਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਵੀ ਦਿੱਤਾ ਤੇ ਫਿਰ ਜਿੱਧਰ ਬਾਹਰ ਵੀ ਤਰਨਾ ਲਾਇਆ ਸੀ ਲੇਕਿਨ ਦੁਬਾਰਾ ਫਿਰ ਉਹ ਜਿਹੜੇ ਹੈਗੇ ਉਹ ਆਪਣੇ ਘਰੀ ਬਹਿ ਗਏ ਸੀ ਔਰ ਉਹਨਾਂ ਨੇ ਕੋਈ ਪੋਲਿਟੀਕਲ ਸਰਗਰਮੀ ਨਹੀਂ ਕੀਤੀ ਹੁਣ ਸਵਾਲ ਇਹ ਪੈਦਾ ਹੋ ਰਿਹਾ ਸੀ ਕਿ ਅਕਾਲੀ ਦਲ ਨੂੰ ਇਹ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ ਲੜਨੀ ਚਾਹੀਦੀ ਜੀ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੀ ਰਿਪੋਰਟ ਪੇਸ਼ ਹੋਈ ਹੈ ਜੀ ਜੋ ਥੱਲੇ ਕਾਡਰ ਤੋਂ ਫੀਡਬੈਕ ਮਿਲੀ ਹੈ ਉਹਦੇ ਮੁਤਾਬਕ ਕਾੜ ਰਹੇ ਮਹਿਸੂਸ ਕਰ ਰਹੇ ਜੀ ਕਿ ਆਕਾਲੀ ਦਲ ਦੇ ਉੱਤੇ ਬੜੀਆਂ ਮੁਸੀਬਤਾਂ ਆਈਆਂ ਹਮਮ ਆਕਾਲੀ ਦਲ ਤੇ ਬੜੇ ਸੰਕਟ ਆਏ ਆ ਪਰ ਆਕਾਲੀ ਦਲ ਚੋਂ ਲੜਨ ਤੋਂ ਕਦੇ ਨਹੀਂ ਭਜਿਆ ਜੀ ਤੇ ਸਾਨੂੰ ਚੋਣ ਲੜਨੀ ਚਾਹੀਦੀ ਹਮਮ ਹਾਰ ਦੇ ਤਾਬਦੀ ਥਾਂ ਦੇ ਉੱਤੇ ਹੁੰਦੀ ਹੈ ਜੇ ਆਪਾਂ ਲੜੇ ਤੋਂ ਬਗੈਰ ਹੀ ਆਪਣੀ ਹਾਰ ਮੰਨ ਗਏ ਜੀ ਜੀ ਤਾਂ ਫਿਰ ਦੁਬਾਰਾ ਖੜਾ ਹੋਣਾ ਬਹੁਤ ਮੁਸ਼ਕਲ ਹੋ ਸਕਦਾ ਹਮਮ ਉਹਨੇ ਵਿਚਾਰਿਆ ਬਾਕੀ ਸਾਰੀਆਂ ਥਾਂਾਂ ਤੇ ਤਾਂ ਉਹਨਾਂ ਕੋਲ ਕੈਂਡੀਡੇਟ ਹੈਗੀ ਹੈਗੀ ਕੋਈ ਰੌਲਾ ਹੀ ਨਹੀਂ ਹੁਣ ਜਿਵੇਂ ਤੁਸੀਂ ਦੇਖੋ ਮਿੱਡੇਰਾ ਬਾਬਾ ਨਾਨਕ ਹੈ ਹਮ ਹਮ ਉੱਥੇ ਸੁੱਚਾ ਸਿੰਘ ਲਗਾ ਰਹੇ ਆਪਦੇ ਮੁੰਡੇ ਦਾ ਐਲਾਨ ਕਰਤਾ ਹੈ ਜੀ ਜੀ ਇਸੇ ਤਰੀਕੇ ਆਪਾਂ ਦੇਖੀਏ ਤੁਹਾਡਾ ਜਿਹੜਾ ਸ਼ਾਮ ਆਪਣਾ ਚੱਬੇ ਵਾਲਾ ਹੈ ਹਮ ਹਮ ਚੱਬੇ ਵਾਲ ਦੇ ਤੇ ਉਹਨਾਂ ਦੇ ਕੋਲ ਡਾਕਟਰ ਸੋਨ ਸਿੰਘ ਸੋਨ ਸਿੰਘ ਟੰਡਲ ਸਾਹਿਬ ਕੋਲ ਵੀ ਰਹੀ ਹੈਗੀ ਉੱਥੇ ਵੀ ਉਹਨਾਂ ਨੂੰ ਕੋਈ ਕਮੀ ਪੇਸ਼ੀ ਨਹੀਂ ਜੀ ਰਹੀ ਗੱਲ ਬਰਨਾਲੇ ਦੀ ਜੀ ਬਰਨਾਲੇ ਉਹ ਕਾ ਆਪਣੇ ਕੀਤੂ ਦਾ ਬੇਟਾ ਹਾਂਜੀ ਹਾਂ ਕੰਤਾ 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 ਪਿਛਲੀ ਵਾਰੀ ਬਹੁਤ ਵਧੀਆ ਵੋਟ ਲੱਗੀਆਂ ਬਹੁਤ ਚੰਗੀ ਵੋਟ ਲੱਗੀਆਂ ਸੀ ਵੋਟ ਲੱਗਿਆ ਸੀ ਉਹ ਵੀ ਹੈਗਾ ਰੌਲਾ ਆ ਗਿਆ ਵੀ ਗਿਦਰਵਾਹ ਤੇ ਕੌਣ ਹੋਵੇ ਕੌਣ ਹੋਵੇ ਹੁਣ ਗਿਦਰਵਾਹ ਤੇ ਚੋਣ ਲੜਨ ਵਾਸਤੇ ਇੱਕੋ ਹੀ ਗੱਲ ਹੁੰਦੀ ਹੈ ਕਿ ਇਹ ਜਿਹੜੀ ਸੀਟ ਹੈ ਬਾਦਲ ਪਰਿਵਾਰ ਦੀ ਹੈ ਬਿਲਕੁਲ ਕਦੇ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੜਦੇ ਰਹੇ ਮਨਪ੍ਰੀਤ ਸਿੰਘ ਬਾਦਲ ਲੜਦੇ ਰਹੇ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਇੱਥੋਂ ਲਗਾਤਾਰ ਹਾਰਦੇ ਰਹੇ ਤੇ ਫਿਰ ਇਹਨਾਂ ਨੇ ਆਪਣੇ ਪਰਿਵਾਰ ਤੋਂ ਬਾਅਦ ਡਿੰਪੀ ਟਲੋ ਨੂੰ ਟਿਕਟ ਦਿੱਤੀ ਡਿੰਪੀ ਟਲੋ ਵੀ ਹਾਰਦਾ ਹਾਰਦਾ ਰਹੇ ਹੁਣ ਐਸਪਲੀ ਜਿਹੜੀ ਹਾਲ ਸਥਿਤੀ ਬਣੀ ਹੋਈ ਹੈ ਉਹਦੇ ਤੇ ਹੈ ਕਿ ਜੇ ਤਾਂ ਬਾਦਲ ਪਰਿਵਾਰ ਹੈ ਤਾਂ ਲੜਾਈ ਬਣਦੀ ਹੈ ਜੇ ਬਾਦਲ ਪਰਿਵਾਰ ਨਹੀਂ ਹੈ ਤਾਂ ਨਹੀਂ ਗਿਆ ਫਿਰ ਤਾਂ ਗਿਆ ਕੰਮ ਬਾਦਲ ਪਰਿਵਾਰ ਦੇ ਵਿੱਚੋਂ ਵੀ ਕੌਣ ਹੈ ਬਾਦਲ ਪਰਿਵਾਰ ਦੇ ਵਿੱਚੋਂ ਮਨਪ੍ਰੀਤ ਤਾਂ ਬੀਜੇਪੀ ਬਨਵਾ ਗਿਆ ਬਿਲਕੁਲ ਦੂਜੇ ਪਾਸੇ ਹਰਸਿਮਰਤ ਦੀ ਜੇ ਆਪਾਂ ਗੱਲ ਕਰੀਏ ਤੇ ਹਰਸਿਮਰਤ ਕੌਰ ਬਾਦਲ ਆਲਰੇਡੀ ਜਿਹੜੀ ਹੈ ਉਹ ਪਾਰਲੀਮੈਂਟ ਦੀ ਮੈਂਬਰ ਹੈ ਹਮ ਤਾਂ ਵੱਡੀ ਬੇਟੀ ਹੈਗੀ ਹੈ ਉਹ ਕਾਰੋਬਾਰ ਵੀ ਦੇਖਦੀ ਹੈ ਉਹਦੀ ਮੈਰਿਜ ਵੀ ਆ ਗਿਆ ਆਪਾਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਵੀ ਸ਼ਾਇਦ ਉਹ ਲੜ ਸਕਦੀ ਹੈ ਅਜੇ ਵੀ ਕੋਈ ਪਤਾ ਨਹੀਂ ਵੀ ਕੀ ਹੋਵੇ ਕੀ ਹੋਵੇ ਉਹਦਾ ਵੀ ਫੈਸਲਾ ਹੋ ਜਾ ਬਾਦਲ ਪਰਿਵਾਰ ਦੇ ਕੋਲੇ ਕੋਈ ਫਿਰ ਹੋਰ ਪਰ ਆ ਗਿਆ ਮਜੀਠੀਆ ਰਹਿ ਗਿਆ ਪਰ ਕੱਲ ਜਿਹੜੀ ਹੈ ਨਾ ਤੁਸੀਂ ਦੇਖੋ ਵੀ ਕੱਲ ਜਿਹੜੀ ਮੀਟਿੰਗ ਹੋਈ ਹੈ ਜੀ ਉਸ ਮੀਟਿੰਗ ਤੋਂ ਬਾਅਦ ਜਿਹੜਾ ਮੀਡੀਆ ਨੂੰ ਐਡਰੈਸ ਕੀਤਾ ਉਹ ਬਲਵਿੰਦਰ ਸਿੰਘ ਪੁੰਦਰ ਨੇ ਨਹੀਂ ਕੀਤਾ ਹਾਂਜੀ ਹੋਰ ਕੀ ਨੇ ਕੀਤਾ ਉਹ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਅੱਛਾ ਪਿਛਲੇ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਚੁੱਪ ਸੀ ਹੂੰ ਹੂੰ ਵਿਕਰਮ ਸਿੰਘ ਮਜੀਠੀਆ ਆਪਣੇ ਪੱਧਰ ਦੇ ਉੱਤੇ ਜਿਹੜੀ ਆਪਣੀ ਗੱਲਬਾਤ ਕਰਦਾ ਰਿਹਾ ਲੇਕਿਨ ਉਹਨੇ ਕਦੇ ਪਾਰਟੀ ਵੱਲੋਂ ਜਾਂ ਪਰਿਵਾਰ ਵੱਲੋਂ ਨਹੀਂ ਕੀਤੀ ਸੀ ਜੀ ਹੁਣ ਕੱਲ ਉਹਨਾਂ ਨੇ ਪਾਰਟੀ ਵੱਲੋਂ ਗੱਲ ਕੀਤੀ ਹੈ ਹੂੰ ਤੇ ਕੱਲ ਵਾਲੀ ਮੀਟਿੰਗ ਦੇ ਵਿੱਚ ਅਰਸ਼ਦੀਪ ਸਿੰਘ ਕਲੇਰ ਜਿਹੜੇ ਇਹਨਾਂ ਦੇ ਚੀਫ ਸਪੋਕਸਪਰਸ ਨੇ ਉਹਦਾ ਬੈਠੇ ਸੀ ਜੀ ਹੁਣ ਮੀਟਿੰਗ ਦੇ ਵਿੱਚ ਤਾਂ ਕੱਲ ਚੀਮਾ ਸਾਹਿਬ ਵੀ ਸੀ ਚੀਮਾ ਸਾਹਿਬ ਵੀ ਨਹੀਂ ਐਡਰੈਸ ਕਰਨ ਵਾਸਤੇ ਆਏ ਮਹੇਸ਼ਿੰਦਰ ਸਿੰਘ ਗਰੇਵਾਲ ਐਡਰੈਸ ਕਰਦੇ ਹੁੰਦੇ ਸੀ ਮੀਡੀਆ ਨੂੰ ਉਹ ਵੀ ਨਹੀਂ ਕਰਨ ਵਾਸਤੇ ਆਏ ਬਿਕਰਮ ਸਿੰਘ ਮਜੀਠੀਆ ਨੂੰ ਕੱਲ ਜਿਹੜੀ ਮਤਲਬ ਜਿਹੜੀ ਉਹਨਾਂ ਨੇ ਅੱਗੇ ਕੀਤਾ ਗਿਆ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਆਜ਼ਾਦ ਨਹੀਂ ਮਿਲਦੀ ਹੂੰ ਹੂੰ ਤਾਂ ਬਿਕਰਮ ਸਿੰਘ ਮਜੀਠੀਆ ਵੀ ਹੋ ਸਕਦੇ ਜੀ ਪਰ ਸਾਰਾ ਜੋ ਰੇਸ ਗੱਲ ਦੇ ਉੱਤੇ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਇਜਾਜ਼ਤ ਮਿਲਣੀ ਚਾਹੀਦੀ ਆਪਾਂ ਮੇਰੇ ਖਿਆਲ ਸਭ ਤੋਂ ਪਹਿਲਾਂ ਪ੍ਰੈਡਿਕਸ਼ਨੇ ਕਰਤੀ ਸੀ ਕਿ ਸੁਖਬੀਰ ਸਿੰਘ ਬਾਦਲ ਹੀ ਇਥੇ ਚੋਣ ਲੜੂ ਜੀ ਜਦੋਂ ਬੀਬੀ ਹਰ ਸਿਮਰਤ ਕੌਰ ਬਾਦਲ ਨੇ ਕਿਧਰਵਾ ਆ ਕੇ ਕਹਤਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਾਰਿਸ ਨੂੰ ਵੋਟਾਂ ਪਾਓ ਤੇ ਵਾਰਿਸ ਦੇ ਵਿੱਚ ਉਹਦਾ ਕਹਲੇ ਸੁਖਵੀਰ ਸਿੰਘ ਬਾਦਲ ਹੁੰਦੇ ਹੁਣ ਸੁਖਵੀਰ ਸਿੰਘ ਬਾਦਲ ਤਨਖਾਈਆ ਕਰਾਰ ਦਿੰਦੇ ਤੇ ਫੇਰ ਕੱਲ ਸ਼ਾਮੀ ਕਿਉਂਕਿ ਇਹ ਪਹਿਲਾਂ ਵੀ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਸੀ ਕਿ ਤੇਰਾ ਮੈਂਬਰੀ ਵਫਦ ਹੈ ਜਿਹੜਾ ਜੀ ਉਹ ਸ਼੍ਰੀ ਅਕਾਲ ਤੱਕ ਸਾਭ ਦੇ ਜਥੇਦਾਰ ਗਗਨੀ ਰਕबीर ਸਿੰਘ ਹੋਣਾ ਨੂੰ ਮਿਲੀ ਪਰ ਉਸੇ ਵੇਲੇ ਉਹ ਕਟਨਾ ਕਰਮ ਵਾਪਰ ਗਿਆ ਸੀ ਬਿਰਸਾ ਸਿੰਘ ਬਲਟੋਹਾ ਵਾਲਾ ਜੀ ਜਿਹੜਾ ਉਹਨਾਂ ਨੇ ਗਗਨੀ ਹਰਪ੍ਰੀਤ ਸਿੰਘ ਬਾਰੇ ਕੁਝ ਕਮੈਂਟ ਵਗੈਰਾ ਕੀਤੇ ਸੀ ਜੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਵੇਂ ਹੁਕਮਦੇਤਾ ਸਿੰਘ ਸਹਿਬਾਨ ਨੇ ਕਿਹਾ 10 ਸਾਲਾਂ ਲਈ ਇਸ ਅਸਾਮੀ ਨੂੰ ਪਾਰਟੀ ਚੋਂ ਕੱਢਿਆ ਜਾਵੇ ਜੀ ਤਾਂ ਫਿਰ ਹਾਲਾਤੇ ਬਣ ਗਏ ਕਿ ਜਥੇਦਾਰਾਂ ਨੂੰ ਵੀ ਠੱਡੇ ਕਰਨਾ ਪੈਣਾ ਸੀ ਜੀ ਜੀ ਕਿਉਂਕਿ ਗਗਨੀ ਹਰਪ੍ਰੀਤ ਸਿੰਘ ਹੋਰ ਨੇ ਅਸਤੀਫਾ ਦਿੱਤਾ ਸੀ ਤੇ ਸਿੰਘ ਸਾਹਿਬ ਨੇ ਵੀ ਕਿਹਾ ਸੀ ਫਿਰ ਅਸੀਂ ਵੀ ਅਸੀਂ ਵੀ ਅਸਤੀਫਾ ਦੇਨੇ ਉਹ ਜਿਹੜੇ ਡਿਫਿਊਜ਼ ਕਰਨਾ ਸੀ ਉਸ ਟੈਨਸ਼ਨ ਨੂੰ ਤੇ ਡਿਫਿਊਜ਼ ਕਰਨ ਵਾਸਤੇ ਫਿਰ ਇਹਨਾਂ ਨੇ ਮੇਰੇ ਖਰਡ ਫੈਸਲਾ ਇਹ ਕੀਤਾ ਕਿ ਜੇ 13 ਮੱਦੇ ਲੈ ਕੇ ਜਾਣਾ ਤੇ ਪ੍ਰੈਸ਼ਰ ਵਾਲੀ ਗੱਲ ਬਣ ਜੂ ਇਹ ਰਹਿਣ ਦਿਓ ਰਹਿਣ ਦਿਓ ਤਾਂ ਉਸ ਵੇਲੇ ਦੋ ਬੰਦੇ ਗਏ ਸੀ ਜਿਨ੍ਹਾਂ ਨੇ ਜਾ ਕੇ ਗੱਲ ਕੀਤੀ ਸੀ ਸਿੰਘ ਸਾਹਿਬ ਨਾਲ ਕਰ ਬਰਵਿੰਦਰ ਸਿੰਘ ਭੂਂਦੜ ਤੇ ਦਿਲਜੀਤ ਸਿੰਘ ਚੀਮਾ ਜੀ ਚਲੋ ਉਹਨਾਂ ਨੇ ਉਹ ਮਾਮਲਾ ਸੰਭਾਲਿਆ ਉਹ ਗੱਲ ਠੰਡੀ ਪੈ ਗਈ ਕੱਲ ਫਿਰ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਤੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਦੀ ਰਿਪੋਰਟ ਮਿਲੀ ਹੈ ਕਿ ਕਾਡਰ ਚਾਹੁੰਦਾ ਹੈ ਜੀ ਜ਼ਿਲ੍ਹਾ ਪ੍ਰਧਾਨ ਚਾਹੁੰਦੇ ਕਿ ਚੋਣ ਲੜਨੀ ਚਾਹੀਦੀ ਹੈ ਤੇ ਹੁਣ ਫਿਰ ਭਾਈ ਆ ਜਿਹੜਾ ਇਹਦਾ ਕੀ ਕਰੇਗਾ ਇਹਦੇ ਵਾਸਤੇ ਆਪਾਂ ਪ੍ਰਵਾਨਗੀ ਲਈ ਜੀ ਕਿ ਸਿੰਘ ਸਹਿਬਾਨ ਪ੍ਰਵਾਨਗੀ ਦੇ ਦੇਣ ਹੁਣ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਲਗਭਗ 2 ਮਹੀਨੇ ਹੋ ਗਏ ਜੀ 2 ਮਹੀਨਿਆਂ ਤੋਂ ਤਰਖਾਈਆ ਦਾ ਕਰਾਰ ਦਿੱਤਾ ਹੋਏ ਹੂੰ ਹੂੰ ਤੇ ਸਜ਼ਾ ਲਾਈ ਨਹੀਂ ਜੀ ਤਾਂ ਉਹਨਾਂ ਉਧਰੋਂ ਨਾਮਿਨੇਸ਼ਨ ਪੇਪਰ ਤਾਂ 25 ਤੱਕ ਪਰ ਨਹੀਂ ਬਿਲਕੁਲ ਆ ਗਿਆ ਉਹ ਤਾਂ ਇਹਨਾਂ ਪ੍ਰਸਥਤੀਆਂ ਦੇ ਵਿੱਚ ਹਾਲਾਤ ਕੀ ਬਣ ਗਏ ਉਹ ਗਏ ਜਾਂਕਿ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਆਪਣਾ ਪੱਖ ਰੱਖਿਆ ਸੁਣਿਆ ਅਗਿਆਨੀ ਜੀ ਕਹਿੰਦੇ ਕੋਈ ਗੱਲ ਨਹੀਂ ਵਿਚਾਰ ਕਰਾਂਗੇ ਅੱਜ ਗਿਆਨੀ ਜੀ ਦੀ ਸਟੇਟਮੈਂਟ ਆ ਗਈ ਸਟੇਟਮੈਂਟ ਆ ਗਈ ਅਮ ਰਗਵੀਰ ਸਿੰਘ ਉਣਾਦੀ ਜੀ ਉਹ ਕਹਿੰਦੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਤੇ ਤਨਖਾਹਿਆ ਤਨਖਾਹਿਆ ਵਾਂਗ ਹੀ ਰਹੂਗਾ ਇਹਦਾ ਮਤਲਬ ਹੈ ਕਿ ਪਬਲਿਕ ਦੇ ਨਾਲ ਉਹ ਜਿਸ ਕਿਸਮ ਦੀ ਡੀਲਿੰਗ ਹੋਣੀ ਹੈ ਉਹ ਨਹੀਂ ਕਰ ਸਕਦੇ ਉਹ ਕੰਪੇਨ ਨਹੀਂ ਕਰ ਸਕਦੇ ਤੇ ਜੇ ਕੰਪੇਨ ਨਹੀਂ ਕਰਨਗੇ ਤਾਂ ਚੋਣ ਕਿਵੇਂ ਲੜਨਗੇ ਇੱਕ ਜਿਹੜੀ ਵੱਡੀ ਗੱਲ ਆ ਗਈ ਸੀ ਪਰ ਨਾਲ ਇਹਦੇ ਫਿਰ ਹੋਰ ਸਿਆਪਾ ਪੈ ਗਏ ਹੂੰ ਬਰਸ ਸਿੰਘ ਬਲਟੋਹਾ ਤਾਂ ਫੇਰ ਨਹੀਂ ਰਿਹਾ ਗਿਆ ਅੱਛਾ ਫੇਰ ਚੱਕ ਤੇ ਚੌਂਟਾ ਫੇਰ ਚੱਕਤਾ ਜੀ ਅੱਛਾ ਉਹ ਕਹਿੰਦਾ ਰਹਿ ਨਾ ਜਾਵੇ ਕਸਰ ਕੋਈ ਹਾਂ ਅਕਾਲੀ ਦਲ ਦਾ ਰੱਬ ਰੱਖਾ ਕਰ ਦਿਓ ਖਤਮ ਠੀਕ ਹੈ ਇਹ ਪਹਿਲਾਂ ਵੀ ਗੱਲ ਆਈ ਸੀ ਕਿ ਇਹ ਵੀ ਗੱਲ ਕਹੀ ਸੀ ਉਹਨਾਂ ਨੇ ਕਿ ਜੇ ਪੋਲੀਟੀਕਲ ਸਜ਼ਾ ਤੁਸੀਂ ਦਿਨੇ ਹੋ ਜੀ ਰਾਜਨੀਤੀ ਦੇ ਵਿੱਚ ਧਰਮ ਦੀ ਦਖਲਅੰਦਾਜ਼ੀ ਹੁੰਦੀ ਹੈ ਤੇ ਇਹਦੀ ਕੋਈ ਕੰਪਲੇਂਟ ਹੋ ਗਈ ਤਾਂ ਉਹਦਾ ਨਤੀਜਾ ਇਹ ਹੋਊਗਾ ਕਿ ਅਕਾਲੀ ਦਲ ਦੇ ਉੱਤੇ ਪਾਬੰਦੀ ਲੱਗ ਸਕਦੀ ਜੀ ਅਕਾਲੀ ਦਲ ਨੂੰ ਡੀਵਾਰ ਕਰ ਦੇ ਉਹਨਾਂ ਨੇ ਕਹਤੇ ਇਹ ਗੱਲ ਇਹਦੀ ਠੀਕ ਨਹੀਂ ਹੈ ਇਸ ਕਰਕੇ ਤੁਸੀਂ ਥੋੜਾ ਜਿਹਾ ਇੱਥੇ ਵਿਚਾਰ ਕਰੋ ਜੀ ਪਰ ਅੱਜ ਜਿਹਨੇ ਉਹਨ ਦੁਬਾਰਾ ਫੇਰ ਗੱਲ ਕਹੇਤੀ ਤਾਂ ਨਾਲੇ ਸਭ ਗੱਲ ਤਾਂ ਉੱਥੇ ਪਹੁੰਚ ਗਈ ਅੱਛਾ ਕੀ ਕਹਿਤਾ ਹੋਰ ਉਹਨੇ ਉਹਨੇ ਬਸ ਇਹ ਕਹਿੰਦਾ ਕਿ ਬੇੜਾ ਕਰ ਕਰਦੇ ਹੂੰ ਅਕਾਲੀ ਦਲ ਦਾ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਅਕਾਲੀ ਦਲ ਭੰਕਰ ਨੂੰ ਤਿਆਰਾਂ ਅੱਛਾ ਇਹਨਾਂ ਨੇ ਅਕਾਲੀ ਦਲ ਭੰਕਰ ਦੀ ਪੇਸ਼ਕਸ਼ ਕਰਤੀ ਸੀ ਹੁਣ ਦੇ ਅਕਾਲੀ ਦਲ ਦੇ ਪ੍ਰਧਾਨ ਨੂੰ ਲੜਨ ਦੀ ਜਲਤ ਨਹੀਂ ਮਿਲਦੀ ਤਾਂ ਮਗਰ ਕੀ ਜਰਨੈਲ ਤੋਂ ਬਗਰ ਕੀ ਹੁੰਦਾ ਹੈ ਅੱਜ ਕਿਸ ਨੇ ਹਵਾਲਾ ਵੀ ਦਿੱਤਾ ਹੈ ਕਿ ਇਹਨਾਂ ਨੇ ਕਾਲੀਆਂ ਦੇ ਵਿੱਚ ਕਿਸ ਨੇ ਹਵਾਲਾ ਵੀ ਦਿੱਤਾ ਹੈ ਮੇਰੇ ਖਿਆਲ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਦਿੱਤਾ ਹੈ ਉਹ ਕਹਿੰਦਾ ਸ਼ਾਹ ਮੁਹੰਮਦ ਨੇ ਵੀ ਇਹੀ ਕਹਿ ਸੀ ਨਾ ਸ਼ਾਹ ਮੁਹੰਮਦ ਦਾ ਇੱਕ ਸਰਦਾਰ ਵਾਜੂ ਫੌਜਾਂ ਜਿੱਤ ਕੇ ਅੰਤਰ ਨੂੰ ਹਾਰ ਗਈ ਜਦੋਂ ਸਰਦਾਰ ਜਰਨੈਲ ਹੀ ਹੈ ਨਹੀਂ ਜਰਨੈਲ ਹੀ ਘਰੇ ਬੈਠੇ ਤੇ ਫੌਜਾਂ ਕੀ ਕਰਦੀਆਂ ਉਹ ਤਾਂ ਅੱਜ ਮੈਂ ਇੱਕੀ ਪਲਾਹੀ ਹੱਥ ਮਾਰੀ ਜਾਣਗੀ ਇਹ ਹਾਲਾਤ ਹੀ ਬਣੇ ਹੋਏ ਓਹਣੀ ਜਿਹੜੀ ਗੱਲ ਕਹਿਣੀ ਸੀ ਕਹਤੀ ਹੁਣ ਅਗਲੀ ਗੱਲ ਜਿਹੜੀ ਮੈਨੂੰ ਪਤਾ ਲੱਗਿਆ ਕਿ ਹੁਣ ਪਾਰਲੀਮੈਂਟਰੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੇ ਵਿੱਚ ਜੀ ਕੀ ਕਰਨਾ ਹੁੰਦਾ ਪਾਰਲੀਮੈਂਟਰੀ ਬੋਰਡ ਨੇ ਕੋਈ ਬਹੁਤ ਹੀ ਫੈਸਲੇ ਨਹੀਂ ਲੈਣੇ ਉਹਨਾਂ ਨੇ ਕੋਈ ਨੀਤੀਗਤ ਫੈਸਲਾ ਨਹੀਂ ਲੈਣਾ ਉਹਨਾਂ ਨੇ ਸਿਰਫ ਤੇ ਸਿਰਫ ਕੈਂਡੀਡੇਟਾਂ ਦੀ ਸਿਫਾਰਿਸ਼ ਕਰਨੀ ਜੀ ਕੈਂਡੀਡੇਟਾਂ ਦੀ ਸਿਫਾਰਿਸ਼ ਕਰਨ ਤੋਂ ਬਾਅਦ ਪ੍ਰਧਾਨ ਜੀ ਕੋਲੇ ਭੇਜਣੀ ਹੈ ਪ੍ਰਧਾਨ ਜੀ ਆਪਣੇ ਪਦਰ ਤੇ ਕਰ ਲੈਣ ਜਾਂ ਕੋਰ ਕਮੇਟੀ ਤੇ ਜੀ ਤੋਂ ਉਹਦੀ ਪ੍ਰਵਾਨਗੀ ਲੈ ਲੈਣ ਤੇ ਉਹਨਾਂ ਨੇ ਉਹਨਾਂ ਦਾ ਐਲਾਨ ਕਰ ਦੇਣਾ ਜੀ ਪਰ ਕੱਲ ਨੂੰ ਫੇਰ ਪਤਾ ਲੱਗਿਆ ਜੀ ਜੀ ਕਹਿੰਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁલાਣੀ ਅੱਛਾ ਇਹ ਹੁਣ ਇੱਕ ਬੜੇ ਗੰਭੀਰ ਸੰਕਟ ਦੇ ਵਿੱਚ ਅਕਾਲੀ ਦਲ ਫਸਿਆ ਹੋਇਆ ਹੈ ਠੀਕ ਇਸ ਸੰਕਟ ਦੇ ਵਿੱਚੋਂ ਅਕਾਲੀ ਦਲ ਨੂੰ ਕਿਵੇਂ ਕੱਢਿਆ ਜਾਵੇ ਉਹ ਪ੍ਰਵਾਨਗੀ ਲੈਣਗੇ ਸੀ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਜਿਹੜੀ ਅਸੀਂ ਫੈਸਲਾ ਵੀ ਕਰਾਂਗੇ ਦਿਵਾਲੀ ਤੋਂ ਬਾਅਦ ਕਰਾਂਗੇ ਦਿਵਾਲੀ ਤੋਂ ਬਾਅਦ ਕਰਾਂਗੇ ਇਹਦਾ ਮਤਲਬ ਦਿਵਾਲੀ ਤੱਕ ਜੇ ਕੋਈ ਹੋਰ ਕੈਂਡੀਡੇਟ ਵੀ ਆਉਂਦਾ ਹੈ ਆਉਂਦਾ ਹੈ ਤੇ ਇਹ ਕੰਪੇਨ ਨਹੀਂ ਕਰ ਸਕਦੇ ਦੇ ਵਾਸਤੇ ਕੰਪੇਨ ਨਹੀਂ ਕਰ ਸਕਦੇ ਤਾਂ ਉਹ ਜਿਹੜਾ ਜਿਹੜਾ ਉਹਨੇ ਗੱਲ ਕਹੀ ਹੈ ਤੇ ਇਹਦੇ 'ਚ ਹੁਣ ਕਈ ਸੰਕੇਤ ਮਿਲਦੇ ਹੂੰ ਹੂੰ ਜਿਹੜੇ ਇਲਜ਼ਾਮ ਲਾਉਂਦੇ ਵਾਰ-ਵਾਰ ਵੀ ਜੀ ਇਹ ਤਾਂ ਜੀ ਦਿੱਲੀ ਤੋਂ ਗੱਲ ਚੱਲਦੀ ਹੈ ਲੀਡਰਲੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਕਾਲੀ ਦਲ ਨੂੰ ਦੂਜੇ ਪਾਸੇ ਨਾਲ ਉਹਨਾਂ ਨੇ ਕੱਲ ਇਹ ਗੱਲ ਵੀ ਕਹੀ ਵੀ ਬੀਬੀ ਜਗੀਰ ਕੌਰ ਆ ਜਿਹੜੀ ਕੇਸ ਤਾਂ ਉਹਨਾਂ ਦੇ ਖਿਲਾਫ ਵੀ ਪੈਂਡਿੰਗ ਪਿਆ ਹਾਂ ਬੀਬੀ ਜਗੀਰ ਸਿੰਘ ਨੂੰ ਅੱਜ ਪੱਤਰਕਾਰਾਂ ਨੇ ਪੁੱਛਿਆ ਆ ਜਗੀਰ ਕੌਰ ਨੂੰ ਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਬੀਬੀ ਜੀ ਦੱਸੋ ਉਹ ਕਹਿੰਦੀ ਵੀ ਮੈਂ ਇਹ ਖਿਲਾਫ ਤਾਂ ਇਲਜ਼ਾਮ ਜਿਹੜੇ ਹੈਗੇ ਆ ਉਹ ਕਾਲੀ ਦਲ ਨੇ ਥੋੜਾ ਲਾਇਏ ਸੀ ਉਹ ਤਾਂ ਬਾਹਰਲੇ ਬੰਦੇ ਨਹੀਂ ਲਾਇਏ ਉਹ ਇਲਜ਼ਾਮ ਝੂਠੇ ਸੀ ਜੀ ਪਰ ਕਹਿੰਦੀ ਉਹਨਾਂ ਇਲਜ਼ਾਮਾਂ ਤੋਂ ਬਾਅਦ ਵੀ ਮੈਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਦੀ ਰਹੀ ਹਾਂ ਠੀਕ ਹੈ ਜੀ ਦੀ ਉਹਦਾ ਮਰਦੀ ਰਹੀ ਹੈ ਕਹਿੰਦੀ ਸਿੰਘ ਸਹਿਬਾਨ ਨੂੰ ਪਤਾ ਹੁਣ ਸਿੰਘ ਸਹਿਬਾਨ ਲੈਣਗੇ ਕਿਵੇਂ ਫੈਸਲਾ ਇਸ ਕਰਕੇ ਬੜੀ ਕਸੂਤੀ ਸਥਿਤੀ ਹੈ ਜਿਹੜੀ ਉਹਦੇ ਵਿੱਚ ਅਕਾਲੀ ਦਲ ਐਸ ਵੇਲੇ ਫਸ ਗਿਆ ਫਸ ਗਿਆ ਬੁਰੀ ਤਰ੍ਹਾਂ ਫਸ ਗਿਆ ਤੇ ਹੁਣ ਢੱਲੋ ਸਭ ਦੀ ਪੁੱਦਮਨ ਮਲਕ ਦੀ ਵੀ ਆਪਾਂ ਕੱਲ ਗੱਲ ਛੇੜੀ ਸੀ ਅੱਜ ਉਹਨਾਂ ਦੇ ਮਰਡਰ ਦੇ ਉੱਤੇ ਆਪਣੇ ਟਾਗੇ ਜੀ ਕੱਲ ਦਾਨੇਲੀ ਸਭ ਹੁਣ ਰਿਪੁੱਦਮਨ ਸਿੰਘ ਮਲਕ ਹੈ ਜਿਹੜਾ ਉਹਨਾਂ ਦੇ ਖਿਲਾਫ ਇਲਜ਼ਾਮ ਲੱਗਿਆ ਸੀ ਕਿ ਕਿਨਿਸ਼ਕਾਲਾ ਜਿਹੜਾ ਕਾਂਡ ਹੈ ਹਾਂਜੀ ਉਹਨੂੰ ਅੰਜਾਮ ਉਹਨਾਂ ਨੇ ਦਿੱਤਾ ਸੀ ਕਿ ਹੋਰ ਬੰਦੇ ਨਾਲ ਮਿਲ ਕੇ ਅਜੈਪ ਸਿੰਘ ਬਾਗੜੀ ਉਹਨਾਂ ਦੇ ਨਾਲ ਸੀ ਜੀ ਉਹਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਹੂੰ ਹੂੰ ਲੇਕਿਨ 300 ਜਿਹੜੀ ਪਤਾ ਲੱਗਿਆ ਉਹ ਉਹਦੇ ਵਿੱਚ 300 ਤੇ 39 ਲੋਕਾਂ ਦੀ ਮੌਤ ਹੋਈ ਸੀ ਇਨਕਲੂਡਿੰਗ ਅਵਲਾ ਜੀ ਪਰ ਉਹ ਬਰੀ ਹੋ ਗਏ ਸੀ ਕਿਉਂਕਿ ਕਹਿੰਦੇ ਗਵਾਹਾਂ ਨੇ ਸਪੋਰਟ ਨਹੀਂ ਕੀਤਾ ਸੀ ਇਸ ਤਰ੍ਹਾਂ ਦੇ ਪੱਖ ਪੱਖ ਨੂੰ ਅੱਛਾ ਜੀ ਜਦੋਂ ਬਰੀ ਹੋ ਗਏ ਤੇ ਬਰੀ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਕੰਮ ਚਲਾਇਆ بڑے ਵੱਡੇ ਪੱਦਰ ਤੇ ਕੰਮ ਚਲਾਇਆ ਜੀ ਉਹਨਾਂ ਨੇ ਉੱਥੇ ਇੱਕ ਜਿਹੜੀ ਹੈਗੀ ਖਾਲਸਾ ਕ੍ਰੈਡਿਟ ਬੈਂਕ ਬਣਾਈ ਹੂੰ ਹੂੰ ਕਈ ਵਿਦਿਅਕ ਸੰਸਥਾਵਾਂ ਬਣਾਈਆਂ ਔਰ ਇੱਕ ਚੰਗਾ ਮਾਨਤਨ ਉਹਨਾਂ ਦਾ ਹੋ ਗਿਆ ਸੀ ਫਿਰ ਦਾਨੇ ਵਾਲਿਆ ਸਾਹਿਬ ਕਾਲੀ ਸੂਚੀ ਖਤਮ ਕੀਤੀ ਸੀ ਜੀ ਤੁਹਾਡੀ ਆਹ ਕਾਲੀ ਸੂਚੀ ਦਾ ਕ੍ਰੈਡਿਟ ਭਾਰਤੀ ਜਨਤਾ ਪਾਰਟੀ ਲੈਂਦੀ ਹੈ ਵੀ ਇਹਨਾਂ ਨੇ ਕੀਤੀ ਸ਼ੁਰੂਆਤ ਤਾਂ ਆਵਾਜਪਾਈ ਸਾਹਿਬ ਨੇ ਕੀਤੀ ਪਰ ਫਾਈਨਲ ਕਹਿੰਦੇ ਵੀ ਇਹਨਾਂ ਨੇ ਮਰਮੋਨ ਸਿੰਘ ਹੋਰ ਨੇ ਕੀਤੀ ਪਰ ਉਹਨਾਂ ਨੇ ਕਹਿੰਦੇ ਵੀ ਜਿਹੜੇ ਇਹ ਮੋਦੀ ਸਾਹਿਬ ਦੇ ਨਾਲ ਨੇ ਮੁਲਾਕਾਤ ਵੀ ਕੀਤੀ ਸੀ ਉਹਨਾਂ ਨੇ ਜੀ ਜੀ ਮਾਲਕ ਸਾਹਿਬ ਨੇ ਤੇ ਮੋਦੀ ਸਾਹਿਬ ਨੇ ਉਹਨਾਂ ਦੀ ਪ੍ਰੇਜ਼ ਵੀ ਕੀਤੀ ਸੀ ਵੀ ਤੁਸੀਂ ਚੰਗਾ ਕੰਮ ਕਰ ਰਹੇ ਹੋ ਆ ਜਦੋਂ ਗਏ ਸੀ ਉਧਰ ਹਾਂਜੀ ਹਾਂਜੀ ਉਸ ਵਿਲਤ ਦਾ ਨੈਲੀ ਸਭ ਆਪਾਂ ਸ਼ਾਇਦ ਤੁਹਾਡੇ ਯਾਦ ਹੋਣਾਈ ਕਪਾ ਖਬਰ ਵੀ ਕੀਤੀ ਸੀ ਕਿ ਆਰਐਸਐਸ ਵੱਲੋਂ ਵੀ ਕੁਝ ਜਿਹੜੇ ਹੈਗੇ ਨਾ ਡਿਸਿਡੈਂਟ ਸਿੱਖਾ ਜਿਹੜੇ ਜੀ ਉਹਨਾਂ ਦੇ ਨਾਲ ਜਿਹੜੇ ਨਾਰਾਜ ਸਿੱਖਾਂ ਦੇ ਨਾਲ ਗੱਲ ਕੀਤੀ ਜਾਂਦੀ ਕਿ ਮੁੱਖ ਧਾਰਾ ਦੇ ਵਿੱਚ ਕਿਵੇਂ ਆਇਆ ਜਾਵੇ ਇਹ ਹੁਣ ਬੱਕਰੀ ਗੱਲ ਆ ਵੀ ਫਿਰ ਆਰਐਸਐਸ ਤੇ ਆਰਐਸਐਸ ਵਾਲੇ ਜਿਹੜੇ ਹੈਗੇ ਨਾ ਨਵੇਂ ਮਾਮਲੇ ਵਿੱਚ ਸ਼ੁਰੂ ਹੋਣੇ ਹੋਗੇ ਜੀ ਉਹ ਆਪਣੀ ਥਾਂ ਦੇ ਉੱਤੇ ਤਾਂ ਉਹ ਕੀਤੀ ਸੀ ਹੁਣ ਉਹਨਾਂ ਦਾ ਪਿੱਛੇ ਹੋ ਗਿਆ ਸੀ ਕਤਲ ਜੀ ਤੇ ਉਦੋਂ ਮੰਨਿਆ ਗਿਆ ਸੀ ਕਿ ਸ਼ਾਇਦ ਇਹ ਇਡੀ ਨ ਏਜੰਸੀਆਂ ਨੇ ਇਹਨਾਂ ਕਰਵਾਏ ਹੋਏ ਇਲਜ਼ਾਮ ਆਮ ਹੀ ਲੱਗਦੇ ਹਰਦੀਪ ਸਿੰਘ ਨਿਜਰ ਵਾਲਾ ਵੀ ਲੱਗੀ ਜਾਂਦਾ ਜੀ ਫਿਰ ਹਰਦੀਪ ਸਿੰਘ ਨਿਜਰ ਵਾਲੇ ਜਿਹੜਾ ਹਰਦੀਪ ਸਿੰਘ ਨਿਜਰ ਦਾ ਮਰਡਰ ਹੋਇਆ ਸੀ ਉਹਦੇ ਵਿੱਚ ਵੀ ਸੋਚਦੇ ਸੀ ਵੀ ਸ਼ਾਇਦ ਕੋਈ ਲਿੰਕ ਇਹੋ ਜਿਹਾ ਹੀ ਨਾ ਹੋਵੇ ਤਾਂ ਜਦੋਂ ਪੁਲਿਸ ਨੇ ਕੇਸ ਦਰਜ ਕੀਤਾ ਜਿਹਨੇ ਦੋ ਬੰਦੇ ਗ੍ਰਿਫਤਾਰ ਕੀਤੇ ਸੀ ਜੀ ਉਹ ਜਿਹੜੀ ਹੈਗੀ ਹੈ ਫਰਸਟ ਡਿਗਰੀ ਦੇ ਵਿੱਚ ਕੇਸ ਦਰਜ ਕੀਤਾ ਸੀ ਕਿ ਮੇਨ ਮੁਲਜ਼ਮੇਬੰਦੇ ਤੇ ਫਰਸਟ ਡਿਗਰੀ ਵਾਲਿਆਂ ਨੂੰ ਜਿਹੜੀ ਹੈ ਕਾਫੀ ਜਿਹੜੀ ਹੈ ਸਖਤ ਸਜ਼ਾ ਮਿਲਦੀ ਹੈ ਜੀ ਲੇਕਿਨ ਅਚਨਚੇਤ ਫਿਰ ਹੋ ਜਿਹੜਾ ਕੇਸ ਹੈ ਉਹ ਫਰਸਟ ਡਿਗਰੀ ਵਾਲਾ ਜਿਹੜਾ ਹੈਗਾ ਉਹਨਾਂ ਦੇ ਉੱਤੇ ਦੋਸ਼ ਸੀ ਉਹ ਬਦਲਤਾ ਸੀ ਠੀਕ ਹੈ ਜੀ ਉਹਨਾਂ ਨੂੰ ਅੱਗੇ ਲੈ ਗਏ ਸੀ ਫਰਸਟ ਡਿਗਰੀ ਵਾਲੇ ਕੋਈ ਹੋਰ ਰਹਿ ਗਏ ਜੀ ਕੱਲ ਉਹਨਾਂ ਦੀ ਸੁਣਵਾਈ ਸੀ ਜੀ ਤੇ ਕੱਲ ਉਹਨਾਂ ਨੂੰ ਜਿਹੜਾ ਜਿਹੜੀ ਹੈ ਬੀਸੀ ਹੂੰ ਉਹਦੇ ਬੀਸੀ ਦੀ ਸੁਪਰੀਮ ਕੋਰਟ ਚ ਪੇਸ਼ ਕੀਤਾ ਸੀ ਠੀਕ ਹੈ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੋਨਾਂ ਨੇ ਆਪਣਾ ਜਿਹੜਾ ਜ਼ੁਰਮ ਇਕਵਾਲ ਕਰ ਲਿਆ ਠੀਕ ਹੈ ਵੀ ਆਹ ਗੱਲ ਹੈ ਜੀ ਠੀਕ ਹੈ ਸੀ ਹੁਣ ਜੁਰਮ ਤਾਂ ਉਹਨਾਂ ਨੇ ਇਕਵਾਲ ਕਰ ਲਿਆ ਉੱਥੇ ਉਹਨਾਂ ਦੀ ਆਪਸ ਵਿੱਚ ਤਕਰਾਰ ਵੀ ਹੋਈ अच्छा ओ फिर पुलिस ਨੂੰ ਇੰਟਰਫੇਅਰ ਕਰਨਾ ਪਿਆ ਹੋਏ ਹੁਣ ਜੇ ਜਿਹੜੀ ਉਹਨਾਂ ਦਾ ਰਿਹਤ ਵਰਤੀ ਗਈ ਹੈ ਰਿਹਤ ਵਰਤਨ ਦਾ ਕਿ ਜਦੋਂ ਉਹਨਾਂ ਤੋਂ ਜਿਹੜੀ ਫਸਟ ਡਿਗਰੀ ਵਾਲਾ ਮਾਮਲਾ ਜੇ ਟੁੱਟ ਜੇ ਜੀ ਤਾਂ ਫਿਰ ਸਜ਼ਾ ਦੇ ਵਿੱਚ ਕੁਝ ਉਹਨਾਂ ਨੂੰ ਕਮੀ ਮਿਲ ਜੇ ਆਪਣੇ ਕਮੀ ਮਿਲ ਜਾਂਦੀ ਹੈ ਰਿਹਤ ਮਿਲ ਜਾਂਦੀ ਹੈ ਜੀ ਤੇ ਉਹਨਾਂ ਦਾ ਮੇਰੇ ਖਿਆਲ ਮੁਤਾਬਕ ਕਬੂਲ ਕਰਨ ਦਾ ਮਤਲਬ ਵੀ ਇਹ ਹੈ ਹਾਂ ਜੀ ਕਿ ਆਪਾਂ ਨੂੰ ਚਲੋ ਜਿੰਨੀ ਕਿ ਸਜ਼ਾ ਆਪਾਂ ਕੱਟ ਲਈ ਥੋੜੀ ਬਹੁਤੀ ਹੋਰ ਹੋ ਜੂਗੀ ਜਿੰਨੀ ਵੀ ਹੋ ਜੂਨੀ ਤੇ ਉਹ ਹੈ ਹੁਣ ਅਗਲੀ ਇਹ ਹੈ ਵੀ ਸਜ਼ਾ ਸੁਣਾਉਣੀ ਹੈ ਅਗਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਮੁਤਾਬਕ ਸਜ਼ਾ ਜਰੀ ਹੈ ਜੀ ਉਹ 31 ਨੂੰ ਸੁਣਾਉਣੀ ਹੈ ਠੀਕ ਹੈ ਜੀ 31 ਅਕਤੂਬਰ ਨੂੰ 31 ਅਕਤੂਬਰ ਆ ਗਏ 8 ਦਿਨ ਰਹਿ ਗਏ 8 ਦਿਨ ਰਹਿ ਗਏ ਜੀ ਉਹ ਦਿਨ ਉਹਨਾਂ ਨੂੰ ਫਿਰ ਪੁਲਿਸ ਨੂੰ ਕਹਤਾ ਕਿ ਇਹਨਾਂ ਨੂੰ ਦੁਬਾਰਾ ਪੇਸ਼ ਕੀਤਾ ਜਾਵੇ ਠੀਕ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਮਿਹਰਬਾਨੀ ਜੀ ਸੋ ਪ੍ਰੋਗਰਾਮ ਸ਼ਾਮਾ ਦਾ ਅੱਥੀ ਸਮਾਪਤ ਕਰਨ ਦੀ ਅਗਾ ਚੌਣੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ